ਵੱਡਾ ਡਿਪੂ ਲੱਗਾ ਮੇਲਾ ਦੇ ਬਾਜ਼ਾਰ ਬੈਠਾ ਵਿਹਲਾ ਸੋ ਕਰੀਬ ਸਵੇਰ ਦਾ ਜਿਹੜਾ ਟਾਈਮ ਹੈਗਾ ਤਾਂ ਸਵੇਰੇ ਸਵੇਰੇ ਇੱਥੇ ਜਿਹੜਾ ਕਿ ਲੋਕ ਆਉਣੇ ਸ਼ੁਰੂ ਹੋ ਜਾਂਦੇ ਆ ਬਾਜ਼ਾਰਾਂ ਦੇ ਵਿੱਚ 10 ਵਜੇ ਹਜੇ ਸ਼ਟਰ ਚੱਕਦੇ ਆ ਪਰ ਇੱਥੇ ਕਾਫੀ ਵੱਡਾ ਜਿਹੜਾ ਕਰਾਊਡ ਪੈਣਾ ਸ਼ੁਰੂ ਹੋ ਜਾਂਦਾ ਹੈਗਾ ਜਿਹੜੇ ਸਾਡੀ ਵੀਡੀਓ ਨੂੰ ਸਭ ਤੋਂ ਜ਼ਿਆਦਾ ਸ਼ੇਅਰ ਕਰੂੰਗਾ ਲਾਈਕ ਕਰੂੰਗਾ ਅਤੇ ਵਧੀਆ ਵਧੀਆ ਕਮੈਂਟ ਕਰੂੰਗਾ ਮਹਾਰਾਜ ਨੂੰ ਆਪਾਂ ਇਹ ਗਿਫਟ ਤਿਆਰ ਦੇਣਾ ਜੀ ਸੋ ਇਹ ਇੱਕ ਤੁਹਾਡਾ ਹੋਰ ਫਾਇਦਾ ਹੈਗਾ ਪਹਿਲਾਂ ਵੀ ਤੁਹਾਡੇ ਫਾਇਦੇ ਕੀਤੇ ਆ 4500 ਰੁਪਏ ਦੀ ਸੂਟ ਹੈਗਾ ਕੀਮਤ ਤੁਸੀਂ ਸੂਟ ਦੇਖ ਲਓ ਨਾ ਇਹਦੇ 'ਤੇ ਕਿੰਨੀ ਵਰਾਇਟੀ ਹੈਗੀ ਆ ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਆ ਵਧੀਆ ਕਮੈਂਟ ਕਰਨੇ ਲਾਈਕ ਕਰਨੇ ਆ ਸੂਟ ਜਿਹੜਾ ਤੁਹਾਨੂੰ ਮਿਲ ਜਾਣਾ ਹੈਗਾ ਆ ਚੁੰਨੀਆਂ ਨਾਲ ਹੈਵੀ ਦੇ ਰਹੇ ਸਿਰਫ 250 ਰੇਂਜ ਭਾਅ ਜੀ ਖੁੱਲ੍ਹਾ ਚੈਲੇਂਜ ਕਰ ਦੇਣਾ ਸਕਰੀਨਸ਼ਾਟ ਲੈ ਕੇ ਨਾਲ ਦੁਕਾਨ ਹੁਣੇ ਪਤਾ ਕਰ ਲਓ ਜੋ ਕੋ ਦੇ ਗਿਆ ਨਾ ਇਸ ਰੇਂਜ ਵਿੱਚ ਤੁਹਾਨੂੰ ਮੈਂ ਫ੍ਰੀ ਸੂਟ ਦੇ ਦੂੰਗਾ ਜੀ ਇਹ ਵਾਲਾ ਆ ਲਓ ਓਪਨ ਚੈਲੇਂਜ ਇਹਦਾ ਸਕਰੀਨਸ਼ਾਟ ਲੈ ਲਓ 250 ਰੁਪਏ ਦਾ ਸੂਟ ਜਿੱਥੋਂ ਮਰਜ਼ੀ ਲੈ ਕੇ ਤੁਹਾਨੂੰ ਨਹੀਂ ਮਿਲਣਾ ਹੈਗਾ ਥੱਲੇ ਪੱਟੀ ਬਣੀ ਹੋਈ ਆ ਅਤੇ ਨੈਕ 'ਤੇ ਪੱਟੀ ਬਣੀ ਹੋਈ ਆ ਕਹਿੰਦੇ ਦੁਪੱਟਾ ਤੇਰਾ 7 ਰੰਗ ਦਾ ਕਹਿੰਦੇ ਦੁਪੱਟੇ 7 ਰੰਗੇ ਚੱਲਦੇ ਦੇਖੋ ਮਾਰੇ ਕਿੰਨੇ ਕਿੰਨੇ ਸੋਹਣੇ ਨਾਲ ਬਾਰਡਰ ਵੀ 7 ਰੰਗੇ ਚੱਲਣਾ ਪਿਆ ਦੇਖੋ ਭਾਅ ਜੀ ਸਿਰਫ 290 ਰੁਪਏ ਰੇਂਜ ਪੈਣਾ ਤੁਹਾਨੂੰ 290 ਰੁਪਏ ਇੰਚ ਸਾਡੇ ਰਿਟੇਲ ਦੇ ਅਤੇ ਹੋਲਸੇਲ ਦੇ ਰੇਟ ਬਰਾਬਰ ਆ ਸਭ ਤੋਂ ਵੱਡੀ ਗੱਲ ਇਹ ਆ ਚਾਹੇ ਬੱਚੇ ਨੂੰ ਭੇਜਦੇ ਨੇ ਸਮਾਨ ਇੱਥੋਂ ਲੈ ਜਾਂਦੇ ਆ ਉਹ ਲਿਜਾ ਕੇ ਆਪਣਾ ਥੋੜ੍ਹਾ ਵਾਲਾ ਪ੍ਰੋਫਿਟ ਲੈ ਕੇ ਵੇਚੀ ਜਾਂਦੇ ਇਸ ਕਰਕੇ ਉਹ ਸਾਰੇ ਨਾਲ ਜੁੜ ਗਏ ਜੀ 895 ਰੇਂਜ 1400-1500 ਘੱਟ ਨਹੀਂ ਪੈਣਾ ਪੂਰਾ ਫਰੰਟ ਹੈਵੀ ਆ ਸਿਰਫ 895 ਦਾ ਲੈ ਕੇ ਜਾ ਸਕਦੇ ਥਰੈਡ ਵਰਕ ਦੇਖੋ ਨਾਲ ਚੁੰਨੀਆਂ ਕਿੰਨੀ ਕਿੰਨੀ ਸੋਹਣੀ ਆ ਚੁੱਕੀ 895 ਆਪਣਾ ਵਾਈ ਕਰਕੇ ਲੈ ਕੇ ਜਾ ਸਕਦੇ ਦੇਖੋ ਬਾਹਰ ਤੁਹਾਨੂੰ 2500-3000 ਦੇ ਘੱਟ ਨਹੀਂ ਪੈਣਾ ਪਰ ਡਿਪੂ 'ਚ ਪੈਣਾ ਭਾਅ ਜੀ 1495 ਰੁਪਏ ਦਾ ਜੀ ਤੋ ਮੇਨ ਖਾਸੀਅਤ ਇੱਥੇ ਇਹੀ ਆ ਵੀ ਇੱਥੇ ਜਿਹੜਾ 500 ਰੁਪਏ ਤੱਕ ਦਾ ਸੂਟ ਆ ਉਹ ਸਿਰਫ 10 ਰੁਪਏ ਪ੍ਰੋਫਿਟ ਨਾਲ ਵੇਚੀਦਾ ਸੀ ਅਤੇ ਸਿਰਫ 895 ਦਾ ਦੇਵਾਂਗੇ ਭਾਅ ਜੀ ਆਪਣਾ ਸੂਟ ਇਹ ਚੁੰਨੀ ਨਾਲ ਕੰਟਰਾਸਟ ਆ ਪੂਰਾ ਦੇਖੋ ਨੈਕਲੈਸ ਬਣਿਆ ਹੋਇਆ ਘੇਰਾ ਦੇਖ ਲਓ ਪੂਰਾ ਬਣਿਆ ਹੋਇਆ ਜਿਹਦੇ 'ਚ ਕਾਫੀ ਤੁਹਾਨੂੰ ਕਲਰ ਮਿਲ ਜਾਣੇ ਜੇ ਤੁਸੀਂ ਮਰਜ਼ੀ ਕਲਰ ਲੈ ਕੇ ਜਾ ਜੇ ਮਰਜ਼ੀ ਡਿਜ਼ਾਇਨ ਲੈ ਕੇ ਜਾ ਸਕਦੇ ਹਾਂ ਜੀ 2000 ਦਾ ਸੂਟ ਭਾਅ ਜੀ ਬਜਾਜ ਤੁਹਾਨੂੰ 5000 ਦਾ ਮਿਲਣਾ ਸਾਡੇ ਕੋਲ 2020 ਰੁਪਏ ਰੇਟ ਆ ਉਹਦਾ ਸੋ ਕੋਈ ਦੇ ਨਹੀਂ ਸਕਦਾ ਇਸ ਕਰਕੇ ਸੋਚਦਾ ਵੀ ਨਹੀਂ ਕੋਈ ਕਿਉਂਕਿ ਅਸੀਂ ਸੂਟ ਵੇਚਣਾ 2000 ਉਹਨਾਂ ਨੇ ਵੇਚਣੇ 2 1000 ਦੀ ਰੇਂਜ ਸੂਟ ਲੈ ਕੇ ਜਾਣਾ ਨਾਲ ਚੁੰਨੀ ਦੇਖੋ ਖੁੱਲੀ ਡੁੱਲੀ ਆ ਨਾਲੇ ਪੂਰੀ ਡਿਜ਼ਾਈਨ ਭਾਈ ਤੁਹਾਡੇ ਕਹਿਣ ਦਾ ਭਾਵ ਇਹ ਆ ਵੀ ਹੁਣ ਪੰਡਤਾਂ ਕੋ ਜਾ ਗਿਆ ਨਗ ਸੁੱਚੇ ਮੋਤੀ ਪਾਉਣ ਦੀ ਲੋੜ ਨਹੀਂ ਆ ਸੂਟੇ ਪਾ ਲਓ ਅਜਾ ਚੋਂ ਬੰਗਾ ਵੜੀ ਪੂ ਆ ਜਾਓ ਤੁਸੀਂ ਜਿੱਦਾਂ ਨੇ ਲਾਈਟ ਚਾਹੀਦੇ ਡਾਰਕ ਚਾਹੀਦੇ ਜਿੰਨੀ ਕਿ ਰੇਂਜ ਚਾਹੀਦੀ ਤੁਸੀਂ ਸੂਟ ਲੈ ਕੇ ਜਾ ਸਕਦੇ ਸਾਕੋ 250 ਤੋਂ ਸਟਾਰਟਿੰਗ ਹੁੰਦੀ ਉਸ ਤੋਂ ਉੱਪਰ ਤੁਸੀਂ ਜਿੰਨੀ ਆਪਣੀ ਚੁਆਇਸ ਦੇ ਅਕੋਰਡਿੰਗ ਲੈ ਕੇ ਜਾ ਸਕਦੇ ਦੇਖੋ ਕਿੰਨਾ ਪਿਆਰਾ ਸਟਾਈਲ ਆ ਚੁੱਕਾ ਮਾਰੀ ਕੈਮਰਾ ਮਾਰ ਲਓ ਭਾਅ ਜੀ ਇਹਦੇ ਮਾਰੇ ਉਹਨਾਂ ਰਾਤ ਨੂੰ ਟਟਾਣਾ ਚਾਹੁੰਗਾ ਜਿੰਨਾ ਤੁਸੀਂ ਡਰੈਸ ਚਮਕਣੀ ਪਾਈਓ ਦੇਖੋ ਸਿਰਫ 1800 ਰੁਪਏ ਲਾਉਣਾ ਟੋਟ ਠੱਪਾ ਤੁਸੀਂ ਪੂਰਾ ਬਣਾ ਲੈਣਾ ਮਾਰੇ ਦੇਖੋ ਇਹ 1300 ਅੱਜ ਕਰਕੇ ਦਿਖਾਈਦਾ ਇਹ ਗੱਲਾਂ ਸਾਰੇ ਕਰਦੇ ਆ ਕਰਕੇ ਕੋਈ ਦਿਖਾਉਂਦਾ ਮਾਰੇ ਵੱਡੀ ਪੂਰੇ ਕਰਕੇ ਦਿਖਾਉਂਦਾ ਗੱਲਾਂ ਨਹੀਂ ਕਰਦਾ ਠੀਕ ਆ ਅਤੇ ਤੁਹਾਡੇ ਸਾਹਮਣੇ 1300 ਰੇਂਜ ਮੈਂ ਸਟਿਚਿੰਗ ਚੱਲਦੀ ਆ ਕਿਲੋ ਖੂਨ ਤੁਹਾਡਾ ਉੱਤੇ ਵੱਜਣਾ ਮਾਰੇ ਜੋ ਸੂਟ ਤੁਸੀਂ ਪਾ ਲੈਣਾ ਦੇਖੋ ਠੀਕ ਆ ਅਤੇ ਨਾਲ ਪੂਰਾ ਦੇਖੋ ਡਿਜ਼ਾਈਨਰ ਪੀਸ ਆ ਚੁੱਕਾ ਹੈ ਮਾਰੇ ਭਾਅ ਜੀ ਤਾਰੀਫ ਤਾਂ ਬਹੁਤ ਕਰ ਦਿੱਤੀ ਸੂਟ ਦੀ ਪ੍ਰਾਈਜ਼ ਕੀ ਇਹਦਾ ਭਾਅ ਜੀ ਇਹ ਪੈਣਾ 1650 ਦੀ ਰੇਂਜ ਸਾਰਾ ਜੀ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਆ ਬਹੁਤ ਸੋਹਣੇ ਸੋਹਣੇ ਮਾਰੇ ਮੱਛਰ ਵੀ ਨਾਲੇ ਸਲਿੱਪਾਂ ਮਾਰੋ ਉੱਪਰ ਦੇਖੋ ਸਿਰਫ 1800 ਰੇਂਜ ਆ ਨਾਲੇ ਤੁਹਾਨੂੰ ਬਾਅਦ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਨਾ ਤੁਹਾਡੇ ਰੇਟ ਮਿਲਦੇ ਸਿਰਫ ਭਾਅ ਜੀ ਹੈਗਾ ਇਹ 2500 ਰੇਂਜ ਆ ਜੀ ਫਰੰਟ ਆ ਗਿਆ ਫਰੰਟ ਬਣਿਆ ਇਹਦਾ ਆ ਦੇਖੋ ਬੈਕ ਬਣਿਆ ਹੈ ਸਿਰਫ 2995 ਰੇਂਜ ਆ ਭਾਅ ਜੀ 2995 ਰੇਂਜ ਮਾਰੇ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਚੁੰਨੀਆਂ ਨਾਲ ਦੇਖੋ ਕਿੰਨੀ ਕਿੰਨੀ ਸੋਹਣੀ ਆ ਚੁੱਕੀਆਂ ਹੋਰ ਸਾਡੇ ਬਾਰਡਰ ਆ ਪੂਰਾ ਲਾਈਟ ਵੇਟ ਵਿੱਚ ਚਾਹੀਦਾ ਤੁਸੀਂ ਮਰਜ਼ੀ ਲੈ ਸਕਦੇ ਆ ਭਾਅ ਜੀ 2200 ਰੇਂਜ ਆ ਫਰੋਕ ਸਟਾਈਲ ਆ ਗਿਆ ਦੇਖੋ ਫਰੋਕ ਬਣੀ ਹੋਈ ਹੈ ਜੀ ਫਰੰਟ ਬਣਿਆ ਹੋਇਆ ਆਹ ਬੈਕ ਬਣੀ ਹੋਈ ਹੈ ਦੇਖੋ ਜੀ ਭਾਅ ਜੀ ਦੇਖੋ 3500 ਰੇਂਜ ਆ ਭਾਅ ਜੀ 5-6000 ਤੋਂ ਘੱਟ ਨਹੀਂ ਪੈਣਾ ਪੂਰਾ ਹੈਵੀ ਆ ਫੋਰਸ ਬਾਰਡਰ ਲੱਗਾ ਚੁੰਨੀ ਦੇ ਸਿਰਫ 3500 ਰੇਂਜ ਤੁਸੀਂ ਆਪਣਾ ਲੈ ਕੇ ਜਾ ਸਕਦੇ ਸਿਰਫ 4000 ਰੇਂਜ ਆ ਭਾਅ ਜੀ ਇਹ ਬਾਹਰ ਕੀ ਕਰਦੇ ਗਾਹਕ ਦੇਖੇ ਰੇਟ ਲਾਉਂਦੇ ਆ ਹੁਣ ਦੇਖਣਾ ਭਾਅ ਜੀ ਗਾਹਕ ਲੈਣ ਵਾਲਾ ਹੈਗਾ ਤੇ ਰੇਟ ਲਾ ਦਿਓ ਸਾਂਟੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਹਰਦੀਪ ਸਿੰਘ ਤੱਗੜ ਇਸ ਵੇਲੇ ਵੱਡਾ ਡਿਪੂ ਆਜ਼ਾਦ ਚੌਂਕ ਬੰਗਾ ਜੋ ਕਿ ਸਸਤੇ ਸੂਟਾਂ ਦਾ ਬਾਦਸ਼ਾਹ ਬਣਿਆ ਹੋਇਆ ਜਿੱਥੇ ਬਹੁਤ ਸਸਤੇ ਰੇਟਾਂ ਤੇ ਵਧੀਆ ਵੈਰਾਈਟੀ ਦੇ ਕੱਪੜੇ ਮਿਲ ਰਹੇ ਆ ਤੇ ਲੋਕੀ ਦੂਰੋਂ ਦੂਰੋਂ ਆਉਂਦੇ ਆ ਸੋ ਬਹੁਤ ਸਾਰੇ ਲੋਕਾਂ ਦੇ ਸਾਨੂੰ ਫੋਨ ਕਾਲਸ ਆ ਰਹੇ ਸੀ ਉਹ ਕਹਿੰਦੇ ਉੱਥੇ ਜਾ ਕੇ ਸਾਨੂੰ ਵੈਰਾਈਟੀ ਚੈੱਕ ਕਰਾ ਦਿਓ ਕਿਉਂਕਿ ਇਸ ਵੇਲੇ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਹਰ ਕੋਈ ਚਾਹੁੰਦਾ ਅਸੀਂ ਥੋੜੇ ਪੈਸਿਆਂ ਦੇ ਵਿੱਚ ਜ਼ਿਆਦਾ ਵੈਰਾਈਟੀ ਖਰੀਦ ਲਈਏ ਲਗਜ਼ਰੀ ਕੱਪੜੇ ਖਰੀਦ ਲਈਏ ਇਹੋ ਜਿਹੇ ਲੋਕਾਂ ਦੇ ਮਨਾਂ ਦੇ ਵਿਚਾਰ ਬਣੇ ਹੋਏ ਆ ਜੇਕਰ ਆਪਾਂ ਦੂਜੇ ਪਾਸੇ ਗੱਲ ਕਰੀਏ ਨਵਾਂ ਕੰਮ ਸ਼ੁਰੂ ਕਰਨ ਵਾਲਾ ਲਈ ਜਾਂ ਆਪਾਂ ਰੀਸੇਲਰਸ ਦੀ ਗੱਲ ਕਰੀਏ ਉਹ ਵੀ ਚਾਹੁੰਦੇ ਸੀ ਵੀ ਉਹਨਾਂ ਦੇ ਵੱਡੇ ਫਾਇਦੇ ਵੱਡਾ ਡਿਪੂ ਕਰ ਰਿਹਾ ਵੀ ਸਾਨੂੰ ਉੱਥੇ ਜਾ ਕੇ ਵੈਰਾਈਟੀ ਦਿਖਾ ਦਿਓ ਨਾਲ ਦੀ ਨਾਲ ਰੇਟ ਦੱਸ ਦਿਓ ਹੁਣ ਆਪਾਂ ਜਾਵਾਂਗੇ ਵੱਡਾ ਡਿਪੂ ਦੇ ਤੁਹਾਨੂੰ ਟੌਪ ਦੀ ਕਲੈਕਸ਼ਨ ਦਿਖਾਵਾਂਗੇ ਰੇਟ ਇੱਦਾਂ ਦੇ ਦੇਵਾਂਗੇ ਤੁਸੀਂ ਹੈਰਾਨ ਹੋ ਜਾਓਗੇ ਸੋ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਨਾਲ ਦੀ ਨਾਲ ਤੁਸੀਂ ਦੇਖਦੇ ਦੇਖਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿ ਤੁਹਾਡਾ ਹੀ ਫਾਇਦਾ ਅਤੇ ਹੋਰ ਲੋਕਾਂ ਦਾ ਵੀ ਫਾਇਦਾ ਇਸ ਨਾਲ ਹੁੰਦਾ ਆ ਹੁਣ ਅਸੀਂ ਜਾਵਾਂਗੇ ਵੱਡਾ ਡਿਪੂ ਆਜ਼ਾਦ ਚੌਂਕ ਬੰਗਾ ਸ਼ਹਿਰ ਆਓ ਚਲੀਏ
ਸਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਵੱਡਾ ਡਿਪੂ ਆਜ਼ਾਦ ਚੌਂਕ ਬੰਗਾ ਸ਼ਹਿਰ ਦੇ ਵਿੱਚ ਤੇ ਸਵੇਰ ਦੇ 9 ਵਜੇ ਆ ਇੱਥੇ ਤਾਂ ਇਹਨਾਂ ਦਾ ਇੱਕ ਪੈਟ ਡਾਇਲੋਗ ਹੈਗਾ ਬਈ ਵੱਡਾ ਡਿਪੂ ਲੱਗਾ ਮੇਲਾ ਦੇ ਬਾਜ਼ਾਰ ਬੈਠਾ ਵਿਹਲਾ ਸੋ ਕਰੀਬ ਸਵੇਰ ਦਾ ਜਿਹੜਾ ਟਾਈਮ ਹੈਗਾ ਤਾਂ ਸਵੇਰੇ ਸਵੇਰੇ ਇੱਥੇ ਜਿਹੜਾ ਕਿ ਲੋਕੀ ਆਉਣੇ ਸ਼ੁਰੂ ਹੋ ਜਾਂਦੇ ਆ ਬਾਜ਼ਾਰਾਂ ਦੇ ਵਿੱਚ 10 ਵਜੇ ਹਜੇ ਸ਼ਟਰ ਚੱਕਦੇ ਆ ਤੇ ਪਰ ਇੱਥੇ ਕਾਫੀ ਵੱਡਾ ਜਿਹੜਾ ਕਰਾਊਡ ਪੈਣਾ ਸ਼ੁਰੂ ਹੋ ਜਾਂਦਾ ਹੈਗਾ ਇੱਥੇ ਅਸੀਂ ਹਰ ਵਾਰ ਆਉਂਦੇ ਆ ਤੁਹਾਨੂੰ ਹਰ ਤਰ੍ਹਾਂ ਦੀ ਵੱਖਰੀ ਵੱਖਰੀ ਵੈਰਾਈਟੀ ਦਿਖਾਉਂਦੇ ਆ ਚਾਹੇ ਜੈਂਟਸ ਦੇ ਵਿੱਚ ਚਾਹੇ ਲੇਡੀਜ਼ ਵਿੱਚ ਕਿਉਂਕਿ ਵੱਡਾ ਡਿਪੂ ਜਿਹੜਾ ਇਹ ਇੱਕ ਫੈਮਿਲੀ ਕੰਪਲੀਟ ਸ਼ੋਰੂਮ ਹੈਗਾ ਹੁਣ ਅਸੀਂ ਇੱਥੇ ਜਿਹੜੇ ਓਨਰ ਹੈਗਾ ਰਕੇਸ਼ ਗਾਂਧੀ ਭਾਈ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੋ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਇੱਕ ਚੀਜ਼ ਦੇਖ ਕੇ ਬੜੀ ਖੁਸ਼ੀ ਵੀ ਹੁੰਦੀ ਹੈਰਾਨੀ ਵੀ ਹੁੰਦੀ ਆ ਵੀ ਸਵੇਰੇ 8:30 ਤੋਂ ਹੀ ਲੋਕਾਂ ਦਾ ਇੱਥੇ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈਗਾ ਨਹੀਂ ਤਾਂ ਜਿਹੜੇ ਵੱਡੇ ਵੱਡੇ ਸ਼ੋਰੂਮ ਹੈਗੇ ਉਹ 10:30-11 ਵਜੇ ਸ਼ਟਰ ਚੱਕਦੇ ਹੈਗੇ ਤੇ ਜਦੋਂ ਹੀ ਸ਼ਟਰ ਚੱਕਦੇ ਆ ਤੇ ਉਸੇ ਵੇਲੇ ਦੇਖ ਸਕਦੇ ਵੀ ਸਾਰਾ ਕਾਫੀ ਇੱਥੇ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਕੀ ਖਾਸੀਅਤ ਹੈਗੀ ਤੁਹਾਡੀ ਭਾਅ ਜੀ ਅਸੀਂ ਸਵੇਰੇ 7:30 ਵਜੇ ਇੱਥੇ ਆ ਜਾਈਦਾ ਕਿਉਂਕਿ ਤਿਆਰੀ ਕਰਨੀ ਹੁੰਦੀ ਅਗਲੇ ਦਿਨ ਦਾ ਸਟਾਕ ਸਾਰਾ ਨਵਾਂ ਜਿੰਨਾ ਆਇਆ ਹੁੰਦਾ ਖੋਲਣਾ ਹੁੰਦਾ ਰਾਤ ਨੂੰ ਜੀ 10:30-11 ਵੱਜ ਜਾਂਦੇ ਆ ਪਹਿਲਾਂ ਉਹ ਖੋਲ ਕੇ ਜਾਈਦਾ ਫਿਰ ਸਵੇਰੇ ਆ ਕੇ ਨਵਾਂ ਸ਼ੁਰੂ ਕਰ ਦੇਈਦਾ ਆ ਤੇ ਮੇਨ ਖਾਸੀਅਤ ਇੱਥੇ ਇਹੀ ਆ ਵੀ ਇੱਥੇ ਜਿਹੜਾ 500 ਰੁਪਏ ਤੱਕ ਦਾ ਸੂਟ ਆ ਉਹ ਸਿਰਫ 10 ਰੁਪਏ ਪ੍ਰੋਫਿਟ ਨਾਲ ਵੇਚੀਦਾ ਸੀ ਜਿਹੜਾ 500 ਦਾ ਮਿਲ ਦਾ ਰੇਟ 500 ਰੁਪਏ ਇੱਥੇ 510 ਰੁਪਏ 'ਚ ਤੁਹਾਨੂੰ ਮਿਲ ਜਾਣਾ ਬਾਕੀ ਬਾਜ਼ਾਰ ਦੇ ਵਿੱਚ ਉਹ 1100 ਵਿਕਣਾ ਕੋਈ 1500 ਦਾ ਵੇਚਦਾ ਸੀ 510 ਰੁਪਏ ਦਾ ਵੇਚਦਾ ਹਰ ਇੱਕ ਵੈਰਾਈਟੀ ਦੇ ਵਿੱਚ ਤੁਹਾਡੇ ਵੱਡੇ ਚੈਲੰਜ ਹੈਗੇ ਨਾ ਸੋ ਇਦਾਂ ਦੇ ਵੈਰਾਈਟੀ ਨਾ ਤਾਂ ਛੋਟੀਆਂ ਦੁਕਾਨਾਂ ਤੋਂ ਮਿਲਦੀ ਨਾ ਵੱਡੇ ਸ਼ੋਰੂਮਾਂ ਤੋਂ ਮਿਲਦੀ ਆ ਇਹ ਕਿੱਦਾਂ ਸਾਰਾ ਤੁਸੀਂ ਚਲਾ ਰਹੇ ਹੋ ਸਾਡੇ ਕੋਲ ਸਸਤੀ ਤੋਂ ਲੈ ਕੇ ਮਹਿੰਗੀ ਵੈਰਾਈਟੀ ਸਾਰੀ ਮਿਲਦੀ ਆ ਉਹਦਾ ਕਾਰਨ ਮੇਜਰ ਇਹੀ ਆ ਅਸੀਂ ਪ੍ਰੋਫਿਟ ਬਹੁਤ ਘੱਟ ਰੱਖੇ ਆ ਕੋਈ ਬੰਦਾ ਹੈਰਾਨ ਹੋ ਜਾਂਦਾ ਵੀ ਤੁਸੀਂ 500 ਦੀ ਚੀਜ਼ 10 ਰੁਪਏ ਪ੍ਰੋਫਿਟ ਨਾਲ ਵੇਚੀ ਜਾਂਦੇ 2000 ਦੀ ਚੀਜ਼ ਤੁਸੀਂ 20 ਰੁਪਏ ਪ੍ਰੋਫਿਟ ਨਾਲ ਵੇਚੀ ਜਾਂਦੇ 2000 ਦਾ ਸੂਟ ਭਾਜੀ ਬਜਾਜ ਤੁਹਾਨੂੰ 5000 ਦਾ ਮਿਲਣਾ ਸਾਡੇ ਕੋਲ 2020 ਰੁਪਏ ਰੇਟ ਆ ਉਹਦਾ ਸੋ ਕੋਈ ਦੇ ਹੀ ਨਹੀਂ ਸਕਦਾ ਇਸ ਕਰਕੇ ਸੋਚਦਾ ਵੀ ਨਹੀਂ ਕੋਈ ਕਿਉਂਕਿ ਅਸੀਂ ਸੂਟ ਵੇਚਣਾ 2000 ਉਹਨਾਂ ਨੇ ਵੇਚਣੇ 2 ਦਿਹਾੜੀ ਦੇ ਵਿੱਚ ਜਿਹਨੇ 2000-5000 ਸੂਟ ਰੋਜ਼ ਦਾ ਇੱਥੇ ਵਿਕਦਾ ਪਿਆ ਇਸ ਕਰਕੇ ਸਾਨੂੰ 20 ਰੁਪਏ 'ਚ ਵੀ ਪੈਸੇ ਬਹੁਤ ਬਣ ਜਾਂਦੇ ਆ ਇਸ ਕਰਕੇ ਅਸੀਂ ਸੋਚਿਆ ਨਹੀਂ ਕਦੇ ਪ੍ਰੋਫਿਟ ਵੱਧ ਲੈਣ ਦਾ ਇਸ ਕਰਕੇ ਅਸੀਂ ਘੱਟ ਪ੍ਰੋਫਿਟ ਨਾਲ ਹੀ ਆਪਣਾ ਗੁਜ਼ਾਰਾ ਚਲਾਈਏ ਸਰ ਜਿਹੜੇ ਵੈਡਿੰਗ ਸੀ ਜਲਦਾ ਦਾਜ ਬਰੀਆਂ ਵਾਲਿਆਂ ਦੇ ਵੱਡੇ ਫਾਇਦੇ ਹੁੰਦੇ ਆ ਨਾ ਲੋਕੀ ਲੱਖ ਵਾਲਾ ਕੱਪੜਾ 40-40 ਹਜ਼ਾਰ 45-50-55 ਹਜ਼ਾਰ ਚ ਲੈ ਜਾਂਦੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਤਾਂ ਉਹਨਾਂ ਨੂੰ ਵੀ ਬਹੁਤ ਵੱਡੇ ਰੁਜ਼ਗਾਰ ਦਿੱਤੇ ਉਹ ਵੀ ਬੜੇ ਖੁਸ਼ ਆ ਕਹਿੰਦੇ ਅਸੀਂ 10-20 ਹਜ਼ਾਰ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਅਸੀਂ 50-55 ਹਜ਼ਾਰ ਦੀ ਪਰਚੇਜ਼ਿੰਗ ਕਰ ਲੈਂਦੇ ਉਹ ਵੀ ਮਹੀਨੇ ਦਾ 30-35-40 ਹਜ਼ਾਰ ਰੁਪਇਆ ਕਮਾਉਣ ਲੱਗ ਪਿਆ ਬਿਲਕੁਲ ਤੁਹਾਡੀ ਗੱਲ ਠੀਕ ਆ ਕਿਉਂਕਿ ਉਹਨਾਂ ਨੂੰ ਹੋਲਸੇਲ ਰੇਟ ਨਾਲੋਂ ਵੀ ਘੱਟ ਪੈਂਦੇ ਆ 10 ਰੁਪਏ ਮਾਰਜਨ ਕੁਝ ਵੀ ਨਹੀਂ ਹੁੰਦਾ ਇੱਕ ਜਿਹੜੇ ਸਸਤੇ ਛੋਟੇ ਵਪਾਰੀ ਸੀਗੇ ਛੋਟੇ ਛੋਟੇ ਘਰਾਂ 'ਚ ਕੰਮ ਕਰਦੇ ਸੀ ਉਹਨਾਂ ਨੂੰ 10 ਰੁਪਏ ਸੂਟ ਦੇਣ ਲੱਗਿਆਂ ਕੋਈ ਦਿੱਕਤ ਨਹੀਂ ਆਉਂਦੀ ਸਾਡੇ ਰਿਟੇਲ ਦੇ ਅਤੇ ਹੋਲਸੇਲ ਦੇ ਰੇਟ ਬਰਾਬਰ ਆ ਸਭ ਤੋਂ ਵੱਡੀ ਗੱਲ ਇਹ ਆ ਚਾਹੇ ਬੱਚੇ ਨੂੰ ਭੇਜਦੇ ਨੇ ਸਮਾਨ ਇੱਥੋਂ ਲੈ ਜਾਂਦੇ ਆ ਉਹ ਲਿਜਾ ਕੇ ਆਪਣਾ ਥੋੜ੍ਹਾ ਵਾਲਾ ਪ੍ਰੋਫਿਟ ਲੈ ਕੇ ਵੇਚੀ ਜਾਂਦੇ ਇਸ ਕਰਕੇ ਉਹ ਸਾਰੇ ਨਾਲ ਜੁੜ ਗਏ ਜੀ ਸੋ ਸਰ ਵੱਖ ਵੱਖ ਵੈਰਾਈਟੀ ਦੇਖੀ ਆ ਲਾਸਟ ਟਾਈਮ ਅਸੀਂ ਰੈਡੀਮੇਡ ਦੇਖਿਆ ਸੀ ਨਾ ਜੈਂਟਸ ਦੇ ਵਿੱਚ ਕੁੜੀਆਂ ਲਈ ਵੀ ਕੱਪੜੇ ਦੇਖੇ ਅੱਜ ਅਸੀਂ ਚਾਹੁੰਦੇ ਵੀ ਸੂਟਾਂ ਦੇ ਵਿੱਚ ਵੀ ਦਿਖਾ ਦਿਓ ਨਾ ਤੁਸੀਂ ਵੀ ਬਿਜ਼ੀ ਹੈਗੇ ਕਿਉਂਕਿ ਹੁਣ ਆਉਣਾ ਜਾਣਾ ਬੱਜਾ ਹੈਗਾ ਤੁਸੀਂ ਵੀ ਇੱਥੇ ਕਾਫੀ ਬਿਜ਼ੀ ਲੱਗਦੇ ਆ ਤੇ ਸੂਟਾਂ ਦੀ ਵੈਰਾਈਟੀ ਦੀ ਲਾਓ ਜ਼ਿੰਮੇਵਾਰੀ ਸਾਰੀ ਤੁਹਾਨੂੰ ਸੂਟਾਂ ਦੀ ਵੈਰਾਈਟੀ ਸਸਤੀ ਰੇਂਜ ਤੋਂ ਸ਼ੁਰੂ ਕਰਕੇ 10-15 ਹਜ਼ਾਰ ਦੀ ਰੇਂਜ ਤੱਕ ਵੈਰਾਈਟੀ ਦਿਖਾਉਂਦੇ ਆ 250 ਰੁਪਏ ਤੋਂ ਸੂਟ ਸਟਾਰਟ ਹੋ ਜਾਂਦੇ ਸਾਡੇ ਕੋਲ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਂਦੇ ਆ ਜੀ ਲੋ ਹੁਣ ਆਪਾਂ ਤੁਹਾਨੂੰ ਵੈਰਾਈਟੀ ਦਿਖਾਉਣੇ ਹੈਗੇ ਆ ਤੁਸੀਂ ਦੇਖ ਲਓ ਵੀ ਸਵੇਰ ਤੋਂ ਜਿਹੜੀਆਂ ਆਹ ਪੈਕਿੰਗਾਂ ਸ਼ੈਕਿੰਗਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਨਵਾਂ ਸਟਾਕ ਰੋਜ਼ ਆਉਂਦਾ ਹੈਗਾ ਤੇ ਨਾਲ ਹੀ ਬਿੱਲ ਲਗਾ ਕੇ ਇਹ ਤੁਹਾਡੇ ਲਈ ਤਿਆਰੀ ਕਰ ਲੈਂਦੇ ਹੈਗੇ ਆ ਸਵੇਰੇ 8 ਵਜੇ ਸ਼ੋਰੂਮ ਖੁੱਲ੍ਹ ਜਾਂਦਾ ਅਤੇ ਰਾਤ ਨੂੰ 7-8 ਵਜੇ ਤੱਕ ਲੋਕ ਇੱਥੇ ਆਉਂਦੇ ਆ ਹਰ ਇੱਕ ਬੰਦੇ ਦੀਆਂ ਵੱਖੋ ਵੱਖਰੀ ਡਿਊਟੀਆਂ ਲੱਗੀਆਂ ਜਿਹੜੀ ਔਨਲਾਈਨ ਤੁਸੀਂ ਸ਼ੋਪਿੰਗ ਕਰਦੇ ਹੋ ਵਾਰ ਵਾਰ ਕਹਿੰਦੇ ਉਹਨਾਂ ਨੂੰ ਵੀ ਔਨਲਾਈਨ ਸ਼ੋਪਿੰਗ ਕਰੋ ਆਹ ਔਨਲਾਈਨ ਸ਼ੋਪਿੰਗ ਜਿਵੇਂ ਹੋ ਰਹੀ ਆ ਪੈਕਿੰਗ ਹੋ ਰਹੀ ਆ ਤੁਹਾਨੂੰ ਇੱਥੋਂ ਮਿਲ ਜਾਂਦਾ ਹੈਗਾ ਸੋ ਵੱਡੇ ਸਾਡੇ ਫਾਇਦੇ ਆ ਅੱਜ ਵੀ ਜਿਹੜੀ ਵੀਡੀਓ ਹੈ ਤੁਹਾਡੇ ਅਸੀਂ ਵੱਡੇ ਫਾਇਦੇ ਕਰਨੇ ਆ ਕਾਫੀ ਡਿਸਕਾਊਂਟ ਤੇ ਸਾਨੂੰ ਕੱਪੜੇ ਲੈ ਕੇ ਦੇਣੇ ਆ 250 ਰੁਪਏ ਤੋਂ ਇਸ ਵੱਡੇ ਸ਼ੋਰੂਮ ਦੇ ਵਿੱਚ ਸੂਟ ਸ਼ੁਰੂ ਹੋ ਜਾਂਦਾ ਹੈਗਾ ਜਿਹੜਾ ਕਿ ਆਮ ਸ਼ੋਰੂਮਾਂ ਦੇ ਵਿੱਚ 2500-3000 ਤੋਂ ਘੱਟ ਸਾਡਾ ਕੋਈ ਗੱਲ ਨਹੀਂ ਕਰਦਾ ਪਰ ਇਸ ਸ਼ੋਰੂਮ ਦੇ ਵਿੱਚ ਹਰ ਕੋਈ ਬੰਦਾ ਆ ਸਕਦਾ ਕੋਈ ਅਮੀਰ ਆ ਕੋਈ ਗਰੀਬ ਆ ਹਰ ਇੱਕ ਬੰਦੇ ਲਈ ਵੈਰਾਈਟੀ ਤੇ ਇੱਜ਼ਤ ਮਾਣ ਇੱਥੇ ਪੂਰਾ ਮਿਲਦਾ ਹੈਗਾ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਵੈਰਾਈਟੀ ਸੋ ਬਾਕੀ ਤੁਸੀਂ ਪਹਿਲਾਂ ਤਾਂ ਆਹ ਦੇਖ ਲਓ ਵੀ ਹੈ ਨਾ ਸਾਰੇ ਪਾਸੇ ਹੁਣ ਕਰਾਊਡ ਪੈਣਾ ਸ਼ੁਰੂ ਹੋ ਗਿਆ ਸਵੇਰ ਦਾ ਟਾਈਮ ਹੈਗਾ ਆ ਪਰ ਹੁਣ ਜਿਵੇਂ ਜਿਵੇਂ ਕਰਾਊਡ ਆ ਰਿਹਾ ਪਰ ਸਾਨੂੰ ਅਸੀਂ ਵੈਰਾਈਟੀ ਦਿਖਾਉਣ ਦਾ ਵਾਅਦਾ ਕੀਤਾ ਹਰਜੀਤ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਕਿੱਦਾਂ ਠੀਕ ਠਾਕ ਹੋ ਹਾਂਜੀ ਠੀਕ ਆ ਭਾਈ ਤੁਸੀਂ ਸੁਣਾਓ ਸਿਹਤ ਠੀਕ ਆ ਜੀ ਮੈਂ ਤਾਂ ਦੇਖ ਰਿਹਾ ਸੀ ਕਾਫੀ ਹੈਰਾਨੀ ਹੁੰਦੀ ਆ ਵੀ ਲੋਕੀ 10:30-11 ਵਜੇ ਸ਼ਟਰ ਚੱਕਦੇ ਆ ਸ਼ੋਰੂਮ ਵਾਲੇ ਤੁਸੀਂ 8 ਵਜੇ ਆਏ ਹੋ ਤੇ 8:15-8 ਲੋਕਾਂ ਦਾ ਇੱਥੇ ਮੇਲਾ ਲੱਗ ਜਾਂਦਾ ਤੁਹਾਡਾ ਇੱਕ ਡਾਇਲੋਗ ਹੁੰਦਾ ਵੀ ਵੱਡਾ ਡਿਪੂ ਲੱਗਾ ਵੇਲਾ ਤੇ ਬਾਜ਼ਾਰ ਬੈਠਾ ਵੇਲਾ ਹਨਾ ਉਹ ਸੱਚ ਹੁੰਦਾ ਦਿਸ ਰਿਹਾ ਭਾਜੀ ਸੱਚ ਤੁਹਾਡੇ ਸਾਹਮਣੇ ਹੀ ਆ ਮਾਰੇ ਤੁਹਾਨੂੰ ਪਤਾ ਲੋਕੀ ਦੂਰੋਂ ਦੂਰ ਤਾਂ ਆ ਰਹੇ ਕਿਉਂਕਿ ਵੈਰਾਈਟੀ ਵਧੀਆ ਮਿਲਣੀ ਹੈਗੀ ਰੇਟ ਘੱਟ ਮਿਲਣਾ ਹੈਗਾ ਸਾਡੇ ਉਹ ਕੰਮੇ ਹੈ ਨਹੀਂ ਕਿ ਮੱਥਾ ਦੇਖ ਕੇ ਬਿੰਦੀ ਲਾਉਣੀ ਹਰ ਇੱਕ ਤੋਂ ਆਪਾਂ ਟੈਗ ਲੱਗੇ ਹੋਏ ਆ ਭਾਜੀ ਫਾਇਦਾ ਇਹ ਹੋ ਜਾਂਦਾ ਕਿ ਗਾਹਕ ਨੂੰ ਇੱਕ ਜਗ੍ਹਾ ਸਾਰੀ ਚੀਜ਼ ਮਿਲ ਜਾਂਦੀ ਹੈ ਠੀਕ ਆ ਤੁਹਾਨੂੰ ਕੋਈ ਬੱਚੇ
ਲਓ ਓਪਨ ਚੈਲੇਂਜਰ ਆ ਸਕਰੀਨਸ਼ਾਟ ਲੈ ਲਓ 250 ਰੁਪਏ ਦਾ ਸੂਟ ਜਿੱਥੋਂ ਮਰਜ਼ੀ ਲੈ ਕੇ ਤਾਂ ਤੁਹਾਨੂੰ ਨਹੀਂ ਮਿਲਣਾ ਹੈਗਾ ਇੱਥੇ ਤੁਹਾਨੂੰ 250 ਦਾ ਭਾਜੀ ਇਹਦੇ ਵਿੱਚ ਕੀਤਾ ਕੀ ਹੈਗਾ ਇਹ ਤਾਂ ਜਿਹੜਾ 250 ਦਾ ਹੁੰਦਾ ਉਹ ਇੱਕ ਸਿੰਪਲ ਜਿਹਾ ਹੁੰਦਾ ਇੰਨਾ ਕੁ ਮਾੜੀ ਇੱਥੇ ਲੈਨ ਜੀ ਵੱਜੀ ਹੁੰਦੀ ਆ ਪਲੇਨ ਜਿਹਾ ਕੱਪੜਾ ਹੁੰਦਾ ਉਹ 250 ਦਾ ਪਰ ਤੁਸੀਂ ਕੋਕੇ ਜਿਹੜੇ ਪਏ ਆ ਹੈਵੀ ਸੂਟ ਆ 250 'ਚ ਭਾਜੀ ਚੁੰਨੀ ਦੇਖੋ ਨਾਲ ਬਾਕੀ ਤੁਹਾਨੂੰ ਇਹ ਲੈ ਪੂਰਾ ਪੀਸ ਖੋਲ ਕੇ ਦਿਖਾਉਣਾ ਮੈਂ ਦੇਖੋ ਮੜੇ ਦੇਖੋ ਕਿੰਨੇ ਕਿੰਨੇ ਸੋਹਣੇ ਸਟਾਈਲ ਆ ਚੁੱਕੇ ਆ ਜੀ ਇਹ ਚੁੰਨੀ ਮੈਂ ਇਹਦੀ ਹੈ ਜੀ ਇਹ ਕੱਲ੍ਹ ਤੁਹਾਨੂੰ ਪਤਾ ਜਿਹੜਾ ਮਰਜ਼ੀ ਪਾ ਲਓ ਕੋਂਬੀਨੇਸ਼ਨ ਬਣ ਜਾਂਦੇ ਆ ਆ ਦੇਖੋ ਇਹਦੀ ਚੁੰਨੀ ਆ ਗਈ ਆ ਤੇ ਆਹ ਚੁੰਨੀ ਨਾਲ ਇਹਦੀ ਆ ਗਈ ਇਹ ਨਹੀਂ ਕਿ ਸਿੰਪਲ ਸੂਟ ਵਾ ਚੁੰਨੀਆਂ ਨਾਲ ਹੈਵੀ ਦੇ ਰਹੇ ਸਿਰਫ 250 ਰੇਂਜ ਭਾਜੀ ਖੁੱਲਾ ਚੈਲੇਂਜ ਕਰ ਦੇਣਾ ਸਕਰੀਨਸ਼ਾਟ ਲੈ ਕੇ ਨਾਲ ਦੁਕਾਨ ਹੁਣੇ ਪਤਾ ਕਰ ਲਓ ਜੋ ਕੋ ਦੇ ਗਿਆ ਨਾ ਇਸ ਰੇਂਜ ਵਿੱਚ ਤੁਹਾਨੂੰ ਫ੍ਰੀ ਸੂਟ ਦੇ ਦੂੰਗਾ ਜੀ ਇਹ ਵਾਲਾ ਸੋ ਪਹਿਲਾਂ ਹੀ ਰਕੇਸ਼ ਗਾਂਧੀ ਭਾਈ ਉਹਨਾਂ ਨੇ ਕਿਹਾ ਸੀ ਵੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਾਂ ਜਿਹੜੇ ਰੀਸੇਲਰ ਹੈਗੇ ਉਹਨਾਂ ਨੇ ਸੁਨਹਿਰੀ ਮੌਕਾ ਤੁਸੀਂ ਦੇਖ ਲਓ ਵੀ ਸਾਰੇ ਪਾਸੇ ਤੁਸੀਂ ਘੁੰਮਦੇ ਹੋਣੇ ਆ ਤੁਸੀਂ ਜਦੋਂ ਆ ਲੈਣ ਜਾਂਦੇ ਹਨਾ 250 ਦਾ ਨਹੀਂ ਮਿਲਦਾ ਇਹ ਤੁਹਾਨੂੰ ਮਿਲਦਾ 700-800 ਦਾ ਪਰ ਇੱਥੇ ਤੁਹਾਨੂੰ 250 ਦਾ ਮਿਲ ਜਾਂਦਾ ਹੈਗਾ ਲੈਣ ਦੇਣ ਦੇ ਵਿੱਚ ਵੀ ਕਾਫੀ ਇਹਦੇ ਵਿੱਚ ਤੁਹਾਡਾ ਫਾਇਦਾ ਹੋ ਜਾਂਦਾ ਹੈਗਾ ਸੋ ਇਹ ਇੱਕ ਵੱਡਾ ਇੱਕ ਇਹਨਾਂ ਨੇ ਇੱਕ ਧਮਾਕਾ ਕੀਤਾ ਜਿਹੜਾ ਤੁਹਾਨੂੰ 250 ਤੋਂ ਸੂਟ ਹੈਵੀ ਸੂਟ ਤੁਹਾਨੂੰ ਦੇ ਰਹੇ ਆ ਭਾਜੀ ਇਹ ਜਿਹੜੀ ਦਊਂਗੇ ਸਵਾਗੀ ਅਗਲਾ ਪਾਉਂਗਾ ਨਾਲੇ ਗੁਣ ਗਾਉਂਗਾ ਨਾਲੇ ਪਾਉਂਗੇ ਨਹੀਂ ਕਿ ਅੱਗੇ ਲਾਉਂਗਾ ਦੇਖੋ ਆਹ ਤੁਹਾਨੂੰ ਮੈਂ ਸੂਟ ਇੱਕ ਦਿਖਾਉਣਾ ਦੇਖੋ ਜੀ ਮਸ਼ੀਨ ਦੇ ਵਿੱਚ ਸੂਟ ਆ ਗਿਆ ਜੀ ਭਾਜੀ ਇਹਦੇ ਦੱਸੋ ਰੇਟ ਕਿੰਨਾ ਹੋਊਗਾ ਜੀ ਇਹਦਾ ਜੀ ਜਿਹਦਾ ਤੁਸੀਂ ਪਲੇਨ ਦੀ ਗੱਲ ਕੀਤੀ ਆ ਇਹ ਪਲੇਨ ਸੂਟ ਆ ਗਿਆ ਦੇਖੋ ਥੱਲੇ ਪੱਟੀ ਬਣੀ ਹੋਈ ਆ ਤੇ ਨੈਕ ਤੇ ਪੱਟੀ ਬਣੀ ਹੋਈ ਆ ਕਹਿੰਦੇ ਦੁਪੱਟਾ ਤੇਰਾ 7 ਰੰਗ ਦਾ ਕਹਿੰਦੇ ਦੁਪੱਟੇ 7 ਰੰਗੇ ਚੱਲਦੇ ਦੇਖੋ ਮਾਰੇ ਕਿੰਨੇ ਕਿੰਨੇ ਸੋਹਣੇ ਨਾਲੇ ਬਾਰਡਰ ਵੀ 7 ਰੰਗੇ ਚੱਲਣ ਲੱਗ ਪਿਆ ਦੇਖੋ ਭਾਜੀ ਸਿਰਫ 290 ਰੁਪਏ ਰੇਂਜ ਪੈਣਾ ਤੁਹਾਨੂੰ 290 ਰੁਪਏ ਚ ਸੋ ਇਹ ਦੇਖ ਲਓ ਵੀ ਤੁਹਾਨੂੰ ਜਿਹੜਾ ਆ ਦੁਪੱਟੇ ਆ ਨਾ ਦੁਪੱਟੇ ਦਾ ਸਾਈਜ਼ ਵੀ ਦੇਖ ਲਓ ਵੀ 700-700 500-500 ਦੇ ਤੁਹਾਨੂੰ ਇਕੱਲੇ ਦੁਪੱਟੇ ਮਿਲਦੇ ਆ ਸਤਰੰਗੀ ਦੁਪੱਟਾ ਹੈਗਾ ਨਾ ਤੇ ਇੱਥੇ ਤੁਹਾਨੂੰ 290 ਦੇ ਵਿੱਚ ਕੰਪਲੀਟ ਸੂਟ ਮਿਲਦਾ ਹੈਗਾ ਭਾਜੀ ਕਿੱਦਾਂ ਪੜਤਾ ਖਾ ਰਹੇ ਤੁਸੀਂ ਭਾਜੀ ਸਾਨੂੰ ਆਪਾਂ ਵਾਰ ਵਾਰ ਦੱਸਦੇ ਕਿ ਅਸੀਂ ਇੱਕ ਚੀਜ਼ ਨਹੀਂ ਵੇਚਣੀ ਸ਼ਾਮ ਤੱਕ ਹਜ਼ਾਰਾਂ ਹਿਸਾਬ ਨਾਲ ਪੀਸ ਵੇਚੀਦੇ ਆ ਠੀਕ ਹੈ ਕਿਉਂ ਸਾਨੂੰ 5-5-7-7 ਰੁਪਏ ਮਾਰਜਨ ਚੀਜ਼ ਵੇਚੀ ਇਹਦੀ ਹੈ ਕੁਆਂਟਿਟੀ ਸਾਕੋ ਮਾਲ ਆਉਂਦਾ ਆਪਾਂ ਕੁਆਂਟਿਟੀ ਵੇਚੀ ਦੇ 5-7 ਰੁਪਏ ਪਰ ਆ ਕੇ ਦੇਖ ਲਓ ਸ਼ਾਮ ਤੱਕ ਕਿੰਨੀ ਆਪਾਂ ਸੇਲ ਕਰ ਦਿੰਦੇ ਆ ਉਹਨੂੰ ਮਲਟੀਪਲਾਈ ਕਰਕੇ ਦੇਖ ਲਓ ਕਿੱਥੇ ਗੱਲ ਪਹੁੰਚ ਜਾਂਦੀ ਹੈ ਤਾਂ ਕਰਕੇ ਆਪਾਂ ਭਾਜੀ ਮੈਨੇਜ ਕਰਦੇ ਇਕੱਲੇ ਸੂਟਾਂ ਦੀ ਗੱਲ ਨਹੀਂ ਹੈਗੀ ਹੈ ਨਾ ਇਹ ਇੱਕ ਵੱਡਾ ਸ਼ੋਰੂਮ ਹੈਗਾ ਆ ਵੱਡਾ ਡਿਪੂ ਇਹਨੂੰ ਕਹਿੰਦੇ ਆ ਤੇ ਇੱਥੇ ਤੁਹਾਨੂੰ ਲੇਡੀ ਸੂਟ ਮਿਲਦੇ ਹੈਗੇ ਆ ਜੈਂਟਸ ਰੈਡੀਮੇਡ ਮਿਲ ਜਾਂਦਾ ਕੁੜੀਆਂ ਦੇ ਕੱਪੜੇ ਮਿਲ ਜਾਂਦੇ ਆ ਬੱਚਿਆਂ ਦੇ ਮਿਲ ਜਾਂਦੇ ਸ਼ੂਜ਼ ਮਿਲ ਜਾਂਦੇ ਆ ਤੁਹਾਨੂੰ ਤੋਂ ਇਸ ਤੋਂ ਇਲਾਵਾ ਤੁਹਾਨੂੰ ਕਾਸਮੈਟਿਕ ਦਾ ਵੀ ਸਮਾਨ ਜਿਹੜਾ ਬਹੁਤ ਘੱਟ ਰੇਟਾਂ ਤੇ ਮਿਲਦਾ ਹੈਗਾ ਆ ਭਾਜੀ ਅਗਲੀ ਵੈਰਾਈਟੀ ਦਿਖਾਓ ਆ ਦੇਖੋ ਇਹ ਵੀ ਭਾਜੀ 290 ਰੇਂਜ ਆ ਤੇ ਪੱਟਾ ਦੇਖੋ ਪ੍ਰਿੰਟ ਆ ਗਿਆ ਨਾਲ ਸੀਗਾ ਫਲਾਵਰ ਹੈ ਫਰੈਸ਼ ਆ ਪੂਰੀ ਖੁਸ਼ਬੂ ਆਣੀ ਤੁਸੀਂ ਸਵਾ ਕੇ ਪਾ ਲੈਣਾ ਦੇਖੋ ਤੇ ਇਸ ਤੋਂ ਉੱਪਰ ਜੀ ਭਾਈ ਸਭ ਕੋ ਕਾਫੀ ਹੈਗੀ ਆ ਸੋ ਆਪਾਂ ਤੁਹਾਨੂੰ ਹੋਰ ਵੀ ਸੂਟ ਰੀਮੈਕਸ ਦਿਖਾ ਲਾਂਗੇ ਵੈਰਾਈਟੀ ਸੀਗਾ 895 ਰੇਂਜ ਭਾਈ ਦੇਖੋ ਜੀ 895 ਰੇਂਜ 14-1500 ਘੱਟ ਨਹੀਂ ਪੈਣਾ ਪੂਰਾ ਫਰੰਟ ਹੈਵੀ ਆ ਸਿਰਫ 895 ਦਾ ਲੈ ਕੇ ਜਾ ਥਰੈਡ ਵਰਕ ਦੇਖੋ ਨਾਲ ਚੁੰਨੀਆਂ ਕਿੰਨੀ ਕਿੰਨੀ ਸੋਹਣੀ ਆ ਚੁੱਕੀ 895 ਆਪਣਾ ਵਾਈ ਕਰਕੇ ਲੈ ਕੇ ਜਾ ਸਕਦੇ ਦੇਖੋ ਕਲਰ ਕੋਂਬੀਨੇਸ਼ਨ ਬਹੁਤ ਸੋਹਣੇ ਸੋਹਣੇ ਆ ਚੁੱਕੇ ਮਾਰੇ ਠੀਕ ਹੈ ਜੀ ਜਿੱਥੋਂ ਲੰਘੀ ਦਾ ਸਲਾਮਾ ਹੁੰਦੀ ਹੈ ਮਾਰੇ ਸਲਾਮਾ ਸਾਰੇ ਕਹਣਗੇ ਪੁੱਛਣਗੇ ਸੂਟ ਕਿੱਥੋਂ ਲੈ ਕੇ ਆਉਂਦਾ ਦੇਖੋ ਠੀਕ ਹੈ ਕਹਿੰਦਾ ਕਰਤਾਰੀਆਂ ਸੂਟ ਕਹਿੰਦਾ ਵਧੀਆ ਪਾਇਆ ਕਿ੥ੋਂ ਲੈ ਕੇ ਆਉਂਦਾ ਆਪੇ ਦੱਸੂਗੇ ਮੈਂ ਵੱਡੀ ਡਿਪੂ ਤੋਂ ਲੈ ਕੇ ਆਈ ਹਾਂ ਠੀਕ ਹੈ ਕਲਰ ਜਿਹੜਾ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਹਾਂ ਹਰ ਤਰ੍ਹਾਂ ਦੇ ਕਲਰ ਲਾਈਟ ਚਾਹੀਦਾ ਕੋਈ ਡਾਰਕ ਚਾਹੀਦਾ ਤੁਹਾਨੂੰ ਮਿਲ ਜਾਣਾ ਭਾਜੀ ਆਹ ਤੁਹਾਨੂੰ ਮੈਂ ਸੂਟ ਖੋਲ ਕੇ ਦਿਖਾ ਲੈਣ ਲੱਗਾ ਇਹਦਾ ਤੁਸੀਂ ਰੇਟ ਦੱਸਣਾ ਕਿੰਨਾ ਖਾਊਂਗਾ ਸੂਟ ਬਹੁਤ ਸੋਹਣਾ ਭਾਜੀ ਇਹ ਭਾਜੀ ਤੁਹਾਡਾ ਨਹੀਂ ਪਤਾ ਹੈਗਾ ਕੀ ਰੇਟ ਹੈਗਾ ਪਰ ਮਾਰਕੀਟ ਦੇ ਵਿੱਚ ਆਪਾਂ ਘੁੰਮਦੇ ਹਾਂ ਸਾਰੇ ਪਾਸੇ ਜਾਂਦੇ ਜਿਹੜਾ ਆਹ ਸੂਟ ਨਾ ਇਹਦਾ ਜਿਹੜਾ ਡਿਜ਼ਾਈਨ ਵਗੈਰਾ ਹੈਗਾ ਕੋਈ ਤਾਂ ਇਹਨੂੰ ਕਹਿੰਦਾ ਬਈ ਇਹ ਹੈਗਾ 2500 ਦਾ ਕੋਈ ਕਹਿੰਦਾ 2200 ਦਾ ਕੋਈ ਕਹਿ ਦਿੰਦਾ ਜੀ ਇਹ 2490 ਹੈ ਨਾ ਸੋ ਇਦਾਂ ਦੇ ਰੇਟ ਆ ਇਹ ਸਾਰਾ ਮੈਂ ਕਹਿੰਦਾ ਕੈਮਰੇ ਦੇ ਵਿੱਚ ਦਿਖਾ ਦਿਓ ਆ ਗਲਾ ਵੀ ਦਿਖਾ ਦਿਓ ਅਤੇ ਘੇਰਾ ਵੀ ਦਿਖਾ ਦਿਓ ਇਹ ਹੈਗਾ 2500-2200 ਦਾ ਸੂਟ ਮਾਰਕੀਟ ਦੇ ਵਿੱਚ ਅਤੇ ਵੱਡਾ ਡਿਪੂ ਕੀ ਕਰਦਾ ਆਪਾਂ ਇਹਨਾਂ ਨੂੰ ਪੁੱਛ ਲੈਂਦੇ ਹਾਂ ਭਾਜੀ ਤੁਸੀਂ ਕਹਿ ਰਹੇ ਅੰਦਾਜ਼ਾ ਤੁਸੀਂ ਲਗਾ ਰਹੇ ਸਹੀ ਲਗਾ ਰਹੇ ਜੋ ਬਾਹਰ ਚੀਜ਼ ਦਿੰਦੇ ਹੋ ਇੱਦਾਂ ਹੀ ਕਰਦੇ ਆ ਪਰ ਉਹ ਸਾਡੇ ਉਹ ਕੰਮ ਹੈ ਨਹੀਂਗਾ ਡਿਪੂ ਆ ਤੁਹਾਨੂੰ ਪਤਾ ਪਾਰਦਰਸ਼ੀ ਸਾਰੇ ਕੰਮ ਕਰਦੇ ਸਿਰਫ 895 ਦਾ ਦੇਵਾਂਗੇ ਭਾਜੀ ਆਪਣਾ ਸੂਟ ਇਹ ਚੁੰਨੀ ਨਾਲ ਕੰਟਰਾਸਟ ਆ ਪੂਰਾ ਦੇਖੋ ਨੈਕਲੈਸ ਬਣਿਆ ਹੋਇਆ ਘੇਰਾ ਦੇਖ ਲਓ ਪੂਰਾ ਬਣਿਆ ਹੋਇਆ ਇਹ 'ਚ ਕਾਫੀ ਤੁਹਾਨੂੰ ਕਲਰ ਮਿਲ ਜਾਣੇ ਜੇ ਤੁਸੀਂ ਮਰਜ਼ੀ ਕਲਰ ਲੈ ਕੇ ਜਾ ਤੁਸੀਂ ਮਰਜ਼ੀ ਡਿਜ਼ਾਈਨ ਲੈ ਕੇ ਜਾ ਸਕਦੇ ਆ ਜੀ ਇਹ ਤਾਂ ਹੁਣ ਤੁਸੀਂ ਆਪ ਸੋਚਣਾ ਹੈਗਾ ਤੁਸੀਂ ਲੁੱਟ ਤੋਂ ਕਿੱਦਾਂ ਬਚਣਾ ਆ ਤੁਹਾਡੇ ਫਾਇਦੇ ਕਿੱਦਾਂ ਹੋਣੇ ਆ 895 ਇਹ ਨਹੀਂ ਵੀ ਗੱਲਾਂ ਕਹਿਤੀਆਂ ਤੇ ਕੀਤੀਆਂ ਨਹੀਂ ਹਨਾ ਆਹ ਤੁਸੀਂ ਟੈਗ ਦੇਖੋ ਨਾ ਇੱਥੇ ਜਿਹੜਾ ਮਰਜ਼ੀ ਆ ਜਾਵੇ ਕੋਈ ਨਿਆਣਾ ਆ ਜਾਵੇ ਸਿਆਣਾ ਆ ਜਾਵੇ ਕੋਈ ਬਜ਼ੁਰਗ ਆ ਜਾਵੇ ਇੱਕੋ ਰੇਟ ਹੈਗਾ ਆ ਦੁਬਾਰਾ ਹੀ ਮੈਂ ਫੇਰ ਕਹਿੰਦਾ ਆ ਇਹਦਾ ਸਕਰੀਨਸ਼ਾਟ ਲਓ ਇਹਦੀ ਵੀਡੀਓ ਬਣਾਓ ਜਿਹੜੀ ਵੀ ਦੁਕਾਨ ਤੁਹਾਨੂੰ ਪਸੰਦ ਆ ਉੱਥੇ ਜਾ ਕੇ ਆਓ ਉਹਨਾਂ ਨੂੰ ਕਹੋ ਸੂਟ ਦਿਓ ਤੁਹਾਨੂੰ ਸੂਟ ਨਹੀਂ ਮਿਲਣਾ ਹੈਗਾ ਮਿਲਣਾ 2400-2500 ਦਾ ਬਾਹਰੋਂ ਇੱਕ ਇੱਥੇ ਤੁਹਾਨੂੰ 2500 ਦੇ 3 ਸੂਟ ਮਿਲ ਜਾਣੇ ਆ ਇੱਦਾਂ ਦੇ ਫਾਇਦੇ ਤੁਹਾਡੇ ਵੱਡਾ ਡਿਪੂ ਤੇ ਹੋ ਰਹੇ ਆ ਵੱਡਾ ਡਿਪੂ ਤੁਹਾਡੇ ਬਾਅਦ ਫਾਇਦੇ ਕਰਦਾ ਦੇਖੋ ਪੈਕਿੰਗ ਤੁਹਾਡੇ ਸਾਹਮਣੇ ਖੜੇ ਤਾਜ਼ੇ ਪਕੌੜੇ ਆ ਦੇਖੋ ਤਾਂ ਮਾਰੇ ਠੀਕ ਹੈ ਹੁਣ ਤੁਸੀਂ ਦੇਖਣੇ ਗਰਮ ਗਰਮ ਖਾਣੇ ਠੰਡੇ ਕਰਕੇ ਖਾਣੇ ਆ ਦੇਖੋ ਤਾਂ ਆਹ ਦੇਖੋ ਸੂਟ ਕਿੰਨਾ ਵਧੀਆ ਦੇਖੋ ਦੇਖੋ ਕਿੰਨੇ ਕਿੰਨੇ ਪਿਆਰੇ ਪੂਰਾ ਭਾਜੀ ਸਟਾਈਲ ਚੇਂਜ ਕਰ ਦਿੱਤਾ ਦੇਖੋ ਪੂਰਾ ਫਰੰਟ ਹੈਵੀ ਆ ਗਿਆ ਜੀ ਪੂਰਾ ਫਰੰਟ ਆਏ ਹੈਵੀ ਆ ਗਿਆ ਤੇ ਨੈਕਲੈਸ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਨਾਲੇ ਪੂਰਾ ਹੈਵੀ ਹੈ ਤੇ ਚੁੰਨੀਆਂ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਕੰਟਰਾਸਟ ਆ ਚੁੱਕੇ ਜੀ ਬਕਾਇਦਾ ਗੋਟਾ ਲੱਗਿਆ ਉੱਪਰ
इज्जत का खा लो सू वी है ठीक है ना लोगों का भला ना लोग सीसा देंगे ना महाराज डिपू के गाने गाँव है। सो इतने फायदे ये होंगे किसी गरीब ने भी अपनी धी का विह करना है ज किसी ने काम शुरू करना ना उन्होंने तो यह वरदान बन के बड़ा डिपू आया क्योंकि इतों थोड़े फायदे हो जाते हैं। तुम मन च बना के उन्हें भी 50,000 का कपड़ा लेना भी आ बरी बुरी जी बनानी है इतने तीन 20,000 22,000 25,000 27,000 इन्ने के बन जाती बाकी पैसे थोड़े बच जाते हैं बचत थोड़ी होंगी आ फायदा थोड़ा होंगे आ वरायटी थानू वधिया मिलती है तो फिर देर किस गल जिदा कहते होंगे ना एक आस की किरण बड़ा डिपू बचा तो तुम इतने आके अपने फायदे जरूर लिया करो। लो भाजी सैकंड कलर आ गया देखो यही कि एक एक दो दो पीस रखे हुआ कलर जिन्हें तुम चाहिए लेके जा सकते हैं ये ठीक है स्क्रीनशॉट लेके जल्दी आ जाओ ये चीज़ें भाई नाल नाल सेल होनी है वीडियो पाने की देरी होंगी बस कहते मैंने कर दो 4 कर दो कोई कहना 10 कर दो कोई कहना 20 कर दो ठीक है सबको दुकान वाले बहुत लेके जाते बेचने वास्ते जी ये चीज़ें नहीं कहते मैं नहीं थोड़ा दिखा रहा जो आप इन्ने रेट बच्चे ठीक है जी ता ही दूर आ रहा है देखो हमारे नानका मीट वांगू आ रहा है देखो कस्टमर देखो कैमरा मार के दिखा दो इन्ना मारे ब्याह शादी रच नहीं पैदा जिन्ना बने बड़े डिपू रच पैन लग पाया इतने ठीक है रात में संधे पैन मारे कि पप्पू की गड्डी करवानी है कि पख की गड्डी करवानी वे डिपू जाने लिए ठीक है सोची पैन लग पाते फिर देखते रहे जिद रेट घट लगता उधर फिर तौर पाते गड्डी करा के फिर आ जाते मैंने बाकी जिम्मे थानू पहला दसिया फिर देख लो ग्रुपों के ग्रुप बन के आते हैं लोग गड्डिया भर भर के आते हैं। सो इतने जो लोगों ने आना होंगे ना बीबिया ने रात में प्लैनिंग कर लेंगे जिदा होंगे नहीं भी आप सवेरे सवेरे होर कि जाना है किसी जगह पर जाना है जित ब्याह जाना इदा ही प्लैनिंग की होंगी भी बड़ा डिपू जाना है गड्डी लद लो तो उत्थे पहुँच जाओ भाजी बिल्कुल थोड़ी गल सही है थोड़ा आप 895 दिखा दिता जी ठीक है थोड़ा आप सूट दिखाने देखो जी ये घेरा वर्क का आ गया सूट जी तो कितना प्यारा स्टाइल आ जाए घेरा वर्क के आ गया महाराज सानू पता सूट किधरों खोलना देखो इन्ने सोहने स्टाइल आ चुके महाराज कन्फ्यूज हो जाए देखो कटवा स्टाइल बनया हुआ जी ठीक है जी पूरा थ्रैड वर्क के ना सुचे मोती लाते जो पालन मैं सुचा मोती लाता ना देखो गुस्सा आना नहीं हूँ तुम सासना भी ना महाराज खुश रहा करोगे ना देखो लड़ाई झगड़े थोड़े मैंने दूर कर देने आप सारे देखो ठीक है 1,000 की रेंज सूट लगे जाने चुनी देखो खुली डुली है पूरी डिजाइन भाई थोड़े कहने का भाव है भी हम पंडा को जा गया नग सुचे मोती पाने की लड़ नहीं है सूटे पा लो तो लड़ाइया झगड़े खत्म है लड़ाइया झगड़े कलेस खत्म करता बड़ी पूरे महाराज देखो सूटे थोड़े इन्हें वही लिया महाराज कि सोची था महाराज सवेर तो शाम तक काढ़ा कढ़ी थोड़े वास्ते की करिए की करिए की करिए महाराज साढ़े टेंशन है नहीं है सूँ पता ही है सारी थोड़े करके है कि साढ़े जिन्हें भैन भाई साढ़े जुड़े हुए महाराज उन्होंने फायदा करना कितना करिए रात में महाराज सारी रात नैट से लगी रहे सर्च करिए कि डिजाइन सूँ किधरों मिलता है किधरों मिलता है। सो महाराज थोड़े वास्ते सुचे मोती तां लिया के रखे हुए आप ठीक है फायदा पूरा करी दा महाराज ता ही टॉ टप्पा बनना सूँ पता ही है फिर सारे महाराज कहते हैं महाराज टॉ टप्पा जो डिपू वाले बनाते महाराज कोई बना नहीं सकता महाराज देखो देखो किन्ने किन्ने सोहने स्टाइल आ चुके हैं कोई प्लेन सूट पसंद करता मेरी भैन देखो ठीक है सरबोस्की बारे किया हो प्रिंट चुनिया आ चुकी देखो जी प्रिंट चुनी आ चुकी हैं देखो फ्रैश भी ताजे है देखो फ्लावर है फ्रैश है पूरे पूरे देखो खड़े पे है नाले खुशबू आ रही पूरी जी सवा के पालना महाराज टॉ ठप्पा थोड़ा पूरा बन जाना महाराज थोड़ा टेंशन की लोड़ नहीं पैनी कितने भी देखो किन्ने किन्ने सोहने स्टाइल आ चुके हैं आजाद चौंक बंगा वाले डिपू आ जाओ जिदा ने लाइट चाहिए डार्क चाहिए जिनी रेंज चाहिए सूट लैके जा सकते सबको 250 तो स्टार्टिंग होती उस उपर तुम जिन्हें अपनी चॉइस के अकॉर्डिंग लेके जा सकते भाई थोड़े अपने गर्म दिखा दिए जी भाई क्योंकि हम सीजन भी विंटर सीजन है ना गर्म भी नाल जरूरी है तो ये किन्ने तो शुरुआत हो जाती है भाई सूट सबको 350 स्टार्ट हो जाता गर्म जो है ठीक है हम आप 350 नहीं दिखा सकते क्योंकि खिलारे रश पे ज्यादा खिलारा ज्यादा हम जो अपने हाथ है थोड़ा वही दिखाई जाना देखो जी ठीक है जी आह सूट देखो कि सोहना आ चुका है जेंटली जेंट चीज़ आ चुकी है जी ठीक है जी ये तो रेंज घट पैनी है भी तो चीज़ वधिया देखो सलवार कि प्रिंट सलवार आ गई देखो कैमरा मारो सलवार के उपर जी ठीक है जी हर तरह थोड़ा वरायटी मिल जानी थोड़ा कितने भी टाइम खराब की जरूरत नहीं 1,000 रुपया रेंज है भाजी 1,000 रुपया रेंज थोड़ू चुनी वाले मिल जाने थोड़ा स्टॉल वाले मिल जाने तुम हर तरह के कलर लाइट चाहिए डार्क चाहिए लेके जा सकते हैं सिर्फ भाजी एक तो साढ़े प्राइस थोड़े है ना एक तुम वरायटी बढ़ दें एक साड़ी होर भी तरीफ बड़ी होंगी वो कहें भी जेडे इन्होंने सेल्समैन है वो भी सूँ काफ़ी वधिया तरीके डील करते वरायटी भी सूँ दिखाते बड़ी खुशी उन्होंने यह मिलती कहते भी जितने अं बाहर जाइए 3-3 घंटे सूँ सूट खरीद चूज कर ला जाते हैं अद्धे घंटे के कहते शॉपिंग करके झोले भर के बाहर होता भी साड़ा समय बच जाता है चाह पानी की सेवा साड़ी वक्री होंगी भाई चाह पानी थोड़ा पता है इतने कॉफी लंगर चलते महाराज देखो बड़े डिपो जो मर्जी आगे पीछे कपड़ा चाहे लैंने नहीं लैंने तभी चाह पानी कॉफी पी के जाओ महाराज इतना कोई टेंशन नहीं खुले भंडारे चलते महाराज डिपू से ठीक है जी तो भाजी जो साढ़े सेल्समैन हर एक तुम्हें पता ही है फैमिली वागू रिलेशन बनाए सारे ने हर एक तरह थोड़ा पता ही है घर वागू सारे गाइड करते हैं यही कि कोई साढ़े को चल के आया इदा साढ़े वो कमे नहीं गा ये कहते साढ़े परिवार मैंबर आ जी ठीक है ये अकॉर्डिंग सारे ਤੁਹਾਨੂੰ ਇੱਥੇ ਤੁਹਾਨੂੰ ਪਤਾ ਹੀ ਹੈ ਡੀਲ ਕਰਦੇ ਆਗੇ ਦੇਖੋ ਭਾਈ ਸੋ ਇੱਥੇ ਤੁਸੀਂ ਨਾ ਸਾਰੇ ਪਾਸੇ ਪੰਜਾਬ 'ਚ ਗਏ ਵੀ ਹੋਣੇ ਜਿਹੜੇ ਤਾਂ ਵੱਡਾ ਡਿਪੂ ਦੇ ਆਉਂਦੇ ਉਹਨਾਂ ਨੂੰ ਪਤਾ ਹੈਗਾ ਜਿਹੜੇ ਅਜੇ ਨਹੀਂ ਆਏ ਤੁਸੀਂ ਇੱਥੇ ਵਿਜ਼ਿਟ ਜ਼ਰੂਰ ਕਰੋ ਤੁਹਾਡੇ ਇੱਥੇ ਫਾਇਦੇ ਹੋਣੇ ਆ ਭਾਈ ਜੀ ਜਿਹੜੇ ਬਾਹਰ ਐਨਆਰਆਈ ਕਸਟਮਰ ਬੈਠੇ ਆ ਜਾਂ ਪੰਜਾਬ ਤੋਂ ਬਾਹਰਲੀ ਸਟੇਟ ਵਿੱਚ ਬੈਠੇ ਹੈਗੇ ਆ ਉਹਨਾਂ ਨੇ ਵੀ ਤੁਹਾਨੂੰ ਆਨਲਾਈਨ ਸ਼ਾਪਿੰਗ ਕਰਨੀ ਜੁੜ ਕੇ ਨਾ ਥੋੜਾ ਜਿਹਾ ਦੱਸੋ ਪ੍ਰੋਸੈਸ ਕੀ ਹੈਗਾ ਭਾਈ ਜੀ ਆਨਲਾਈਨ ਸ਼ਾਪਿੰਗ ਮੇਰੇ ਭੈਣ ਭਾਈ ਬਹੁਤ ਕਰਦੇ ਹੈਗੇ ਉਹਨਾਂ ਥੈਂਕ ਯੂ ਕਰਦੇ ਹੱਥ ਜੋੜ ਕੇ ਕਰਦੇ ਮਹਾਰਾਜ ਥੈਂਕ ਯੂ ਕਰਦੇ ਕਿਉਂਕਿ ਸਾਨੂੰ ਤੁਸੀਂ ਐਨਆਰ ਰਿਸਪੌਂਸ ਦਿੰਦੇ ਮਹਾਰਾਜ ਆਪਾਂ ਕੁਝ ਕਹਿ ਨਹੀਂ ਸਕਦੇ ਤੁਹਾਨੂੰ ਬਸ ਧੰਨਵਾਦ ਹੀ ਦੇ ਸਕਦੇ ਤੁਹਾਨੂੰ
क्योंकि तुम सूँ इन्ना प्यार देंगे सूँ अपना डेली लाइव होता लाइव का सा जुड़ के इन्ना ना इंटरटेनमेंट सा भी करवाने आप भी करते हैं ठीक है। तो आप डेली लाइव होता है साढ़े यूट्यूब चैनल है वड्डा डीपू बंगा जल्दी सबसक्राइब कर लो सा लेटैस अपडेट तुम देख सकते हैं। तो फेसबुक के उपर सा चैनल है वड्डा डीपू बंगा लाइक करो फॉलो करो ताकि आप डेली लाइव वरायटी था ही दिखा सकते हैं तुम सा वरायटी जुड़ के देख भी सकते हैं तो ऑनलाइन शॉपिंग भी कर सकते हैं। पार्सल ऑलरेडी बाहर आउट ऑफ कंट्री आउट ऑफ स्टेट जाते हैं तो स्क्रीन पर नंबर आए नंबर से ऑनलाइन शॉपिंग कर सकते हैं। तो साड़ी ये फैसिलिटी है भाई हैगी भाजी गर्म के भी आप दिखाते हैं ना सारा कुछ दिखाता साढ़े जे एन आर आई कस्टमर जो रॉयल फैमिली वो चाहते सूँ थोड़े हैवी के भी दिखा दो पार्टी वेयर सूट इदा का भी कुछ दिखा दो। हाँ जी भाई वो भी दिखाने भी भाई 1650 रेंज सूट आ गया जी बहुत प्यारे डिजाइनिंग आ चुके हैं जी। देखो चुनिया कि 800-900 चुनी देनी भाजी हाँ देखो ना कुड़ियाँ सूट कि पाया कि नहीं खुश हो गए पा के जो तुम्हें पाया मैं तुम्हें एन पूरे खुश होना महाराज देखो किलो खून थोड़ा उद्दे बजना महाराज जो सूट तुम्हें पा लेना देखो ठीक है। तो पूरा देखो डिजाइनर पीस आ चुका है महाराज भाजी तारीफ तो बहुत कर दी सूट की प्राइस की भाजी पैना 1650 रेंज सारा जी 2400-2500 घट नहीं पैना सबको 1650 अपना लेके जा सकते देखो ना टॉ टप्पा पूरा बजना देखो कुड़ी कितनी सोनी पछाने नहीं होती महाराज कौन करतारी है मिंदो है देखो तो कैमरा मार के चेक कर लो माड़िया जी ठीक है। देखो किन्ने किन्ने सोने स्टाइल आ चुके हैं तो सुनो हम आप भाजी सिल्क के सूट दिखाइए काफ़ी चलते भी अच्छा जी लो जी महाराज कलर दे लो तुम लै सकते कलर थोड़े ये काफ़ी मिल जाने बाहर थोड़ू 2500-3000 घट नहीं पैना पर डिपू से पैना भाजी 1495 रुपए का जी 1495 पूरा देखो सूट कितना डिजाइन आ चुका है 1495 कलर डिजाइन कितने के बखो बखरे हैगे होर भाजी तुसी कलर ना दसो केड़ा चाहिए हुणे कट के दवांगे एक मिनट तो पहला जी ठीक है जी एक मिनट तो पहला कढ़ दना आपां देखो कलर कितने कितने सोहणे पूरा देखो गोल्डन जड़िया पिया महाराज तुहानू सुनहरे दे पैसे देने लोड़ नहीं पैणी चुप चाप डेडी पू आयो एक सूट दे 1495 लैयो नाले सुनहरे दे पैसे बचा लो ते नाले अपना टॉप टप्पा पूरा बना लो यानी कि सोने दे सेट गलां दे विच चैनियां पाउण दी लोड़ नहीं पाऊगी जे सूट ए लै लैंदे है ना भाई गल च आपां सूट पा देणे महाराज चैनियां सोने कहणे पाणी लोक खोल लैंदे तुहानू पता ठीक है आएगा तुम्हें पता ही है डिपू वाग तुम सूट लैके जाओ ना महाराज थोड़ा गहना बन जाता पूरा है जिदा मर्जी एक बार पा के मकीली टंगे रहा साल भर कोई गल नहीं इतना धोते डिपेंड करता पाना जी नहीं पाना तो यह भी देख लो ना 1495 आ हर एक सूट के उत्ते टैग लगा है तुम देख लो भी वरायटी ये घेरे तो ये फ्रंट से जिन्ना हैवी वर्क है सो बाकी जिम्मे बी कहें 2400-2500 तो घट नहीं मिलना एक 1000 रुपए का डिफरेंस सूँ इतने मिल रहा है भाजी फायदे फायदे बड़े डिपू तो ही नठे आते महाराज रात 8-8 पहले सोचना आपने गड्डी कहती करवा बड़े डिपू जाने इन्ना चा चढ़ जाता महाराज ठीक है। हम अपने रिश्तेदार रिश्तेदार सारे भुल गए हम बड़े डिपू सारे याद कर ला पाए महाराज देखो तो रिश्तेदार जी जाओ चाहे ना जाओ बड़े डिपू कहते जरूर जाना अभी पर सूँ कितने कपड़े इन्ने वाली मिलते हैं महाराज जो कपड़े एक लैके पा लेंगे आंटी गुआढ़ी फोटो करवाने शुरू कर देंगे ना सैल्फी लैनी क्या सूट कितना पाया मैं दोनों कितना सोहना पाया ठीक है 1495 रेंज भाई पूरा थ्रेड वर्क बनया देखो घेरा कितना चौड़ा आ गया तो नैक भी बहुत सोहना बने भाई थोड़े हम हैवी दिखाओ ना 2000 वाले 1800-2500 इदा के भी दिखा दो तो भी दसो भी कि फर्क है मार्केट नालों जी तुम्हें पता ही है साढ़े रेट जो डिपू देते रेट है निके निके होंगे ना बड़ा डिपू आ पर रेट निके निके देखो गर्लिश लुक के ग्रे कलर कितना सोहना आ गया ठीक है ये भी तुम्हें काफ़ी कलर मिल जाने तो वरायटी का काफ़ी है तो तुम हर तरह के कॉम्बीनेशन इतों लैके जा सकते देखो लाइट चाहिए डार्क चाहिए हर तरह सबको वरायटी हैगी है तो तुम हम हैवी की गल की तुम हैवी भी आप दिखा देने तो सबको ये नहीं कि रेंज हैवी हो गई साढ़े रेट भाई किन्ने किन्ने मैंने तुम देखो तो भाई 250 तो सूट शुरू हो जाता है ना जिम्मे को रॉयल कस्टमर आते हो कहते भी यार असं तो थोड़ा ही एक्सपेंसिव भी लेने किन्नी रेंज तक है उपर तक भाई सबको भावें 10-15 हज़ार तक ले सकते हैं वही तो बाढ़ 25-30 हज़ार दसना सबको 10-15 हज़ार तक ले सकते हैं आ देखो 1800 सूट आप जी ये ठीक है 3500-4000 किसी ने घट नहीं देना है ना पूरा देखो वर्क किया हुआ थ्रेड वर्क के बच्चे चुनी नाल कंट्रास्ट आ चुकी है देखो कट वर्क स्टाइल बनया हुआ देखो महाराज देखो 1800 रेंज तुम अपना बाय करके लेके जा सकते हो मर्जी पा सकते हैं जी ये थोड़ा लाइट कलर चाहिए डार्क चाहिए थोड़ा हर तरह मिल जाने थोड़ा महाराज यही कि चीज़ भी ना पसंद आए बड़ी डिपू से एक एक चीज लैनी तो दस चीज़ें लैनिया महाराज देखो किन्ने किन्ने सोहने कलर आ चुके हैं बहुत सोहने सोने मारे मच्छर भी नाले स्लिपा मारो पर देखो सिर्फ 1800 रेंज है नाले देखो तो लभदे थक जाओगे महाराज थोड़ा बड़ी डिपू वाली चीज़ा नहीं मैनिया कितने बार ना रेट थोड़ा मैंने है हलो भाई थोड़ा आह सूट दिखाने आप महाराज यहाँ महाराज सारे हम फायदा कर देना देखो आह सूट दिखाया भाई चंगी का कैमरा मान लो जो सा वीडियो में सब तो ज़्यादा शेयर करूँगा लाइक करूँगा तो वधिया वधिया कमेंट करूँगा महाराज उन्होंने आप गिफ्ट तैयार देना जी सो एक थोड़ा होर फायदा है पहला भी थोड़े फायदे किए आ 4500 रुपए की सूट है कीमत तुम सूट देख लो ना ये कि वरायटी हैगी तो वीडियो शेयर करनी है वधिया कमेंट करने लाइक करने सूट जो थानू मिल जाना है ये फायदे पहला तो थानू रेट घट दे रहे हैं दूजा जे तुम इन्हें सपोर्ट करते हैं थोड़े भी बड़े फायदे करते हैं येलो सूट थानू मिलना है जो तो वीडियो शेयर करूगा लक्की कस्टमर में मिल जाएगा भाई जी कोरियर तुम करके दोगे भाई जी साड़ी रिस्पोंसिबिलिटी अभी करा के देंगे कोई एक्स्ट्रा चार्ज नहीं आप लेना ठीक है तो पैसे भैन भाई फायदा होना चाहिए है सू होर की चाहिए साढ़े फायदा होना चाहिए स्क्रीन आ भाई सूट देखो बनारसी स्टाइल आ गया बनारस नहीं जाना पैना थोड़ा बड़े डिपू मिल जाने सारे कपड़े इतना आज ठीक है लै जाओ कपड़े जो चाहिए महाराज किन्ने किन्ने सोहने तरीके आ चुके हैं महाराज किन्ने किन्ने सोहने सूट आ चुके हैं महाराज देखो थोड़े वास्ते चुनिया नाल बहुत सोहनी आ चुकी हैं आ यदि बॉटम आ गई प्लेन के बच्चे आ बनारसी स्टाइल आ गया चुनिया नाल बहुत सोहनिया नाले फोर साइड बॉर्डर लगा है तुम अपनी चॉइस के अकॉर्डिंग जो चाहिए कलर लैके जा सकते हैं
ਹਰ ਤਰ੍ਹਾਂ ਤੁਹਾਨੂੰ ਇੱਥੋਂ ਕਲਰ ਸਟਾਈਲ ਮਿਲ ਜਾਣੇ ਆ, ਰੇਂਜ ਘੱਟ ਆ, ਚੀਜ਼ ਵਧੀਆ ਭਾਅ ਜੀ, ਤੁਹਾਨੂੰ ਚੀਜ਼ਾਂ ਨਹੀਂ ਮੈਣੀ ਜਿੱਥੇ ਮਰਜ਼ੀ ਟਰਾਈ ਕਰੋ, ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਵੱਡਾ ਡਿਪੂ ਆ ਕੇ ਤੁਸੀਂ ਇਹ ਲੱਖ ਦੀ ਸ਼ੋਪਿੰਗ ਹੈ, 40 ਤੋਂ 45 ਸ਼ੋਪਿੰਗ ਕਰ ਸਕਦੇ, ਤੁਹਾਡਾ ਇੰਨਾ ਫਾਇਦਾ ਹੋਣਾ ਵੱਡੇ ਡਿਪੂ 'ਚ। ਠੀਕ ਹੈ ਜੀ, ਕੰਮ ਸਾਰਦੇ ਸਾਰੇ, ਗੱਲਾਂ ਕਰਦੇ ਸਾਰੇ, ਪਰ ਕਰਕੇ ਕੋਈ ਕੋਈ ਦਿਖਾ ਸਕਦਾ ਵੱਡਾ ਡਿਪੂ ਜਾਂ ਉਮੀਦ ਦੀ ਆਖਰੀ ਕਰਨ। ਠੀਕ ਹੈ, ਤੁਹਾਡੀ ਉਮੀਦਾਂ, ਤੁਹਾਡੇ ਡ੍ਰੀਮਸ ਵੱਡੇ ਡਿਪੂ 'ਚ ਪੂਰੇ ਹੋਣੇ ਆ, ਅਤੇ ਤੁਹਾਨੂੰ ਚੀਜ਼ਾਂ ਕਿਤੇ ਨਹੀਂ ਮਿਲਣੀਆਂ ਮਹਾਰਾਜ। ਸਵੇਰੇ ਲੋਕਾਂ ਨੂੰ ਇੰਨਾ ਚਾਰ ਚੜ ਜਾਂਦਾ, ਸ਼ਟਰ ਚੱਕਣਾ ਆਪੇ ਸ਼ੁਰੂ ਕਰਦੇ ਨੇ, ਚਾਬੀ ਹੱਥ 'ਚ ਖੋਣ ਲੱਗ ਪੈਂਦੇ ਆ ਕਿ ਇੰਨਾ ਚਾਰ ਚੜ ਜਾਂਦਾ। ਉਹ ਕਹਿੰਦੇ ਜਿਹੜੀ ਚੀਜ਼ ਸਾਨੂੰ ਖਾਲੀ, ਜਾ ਕੇ ਫਟਾਫਟ ਚੱਕ ਲਈਏ, ਸਾਨੂੰ ਮਿਲ ਜਾਵੇ ਚੀਜ਼। ਭਾਅ ਜੀ, ਜਿਵੇਂ ਔਨਲਾਈਨ ਵੀ ਤੁਹਾਡੇ ਕੋਲ ਸ਼ੋਪਿੰਗ ਕਰਦੇ ਨਾ, ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਹੋਰ ਕੰਟਰੀਆਂ ਤੋਂ ਵੀ ਕਰਦੇ ਹੈਗੇ ਆ, ਜਦੋਂ ਉਹ ਸਿਲੈਕਟ ਕਰ ਲੈਂਦੇ ਹੈਗੇ ਆ, ਤੁਹਾਨੂੰ ਪੇਮੈਂਟ ਭੇਜ ਦਿੰਦੇ, ਕਿੰਨੇ ਕੁ ਚੈਨਲ ਦੇ ਵਿੱਚ ਤੁਸੀਂ ਉਹਨਾਂ ਨੂੰ ਭੇਜ ਦਿੰਦੇ ਹੋ ਬਾਹਰ? ਭਾਅ ਜੀ, ਅਸੀਂ ਹਫ਼ਤੇ ਟਾਈਮ ਲਈਦਾ, ਹਫ਼ਤੇ ਟਾਈਮ ਵਿੱਚ ਡਿਲੀਵਰ ਹੋ ਜਾਂਦੀ ਹੈ, ਉਹ ਸੈਚਰਡੇ ਸੰਡੇ ਕੇਵਲ ਹੋਲੀਡੇਜ਼ ਆਉਂਦੀਆਂ ਨਾ, ਉਹ ਕਿ ਸਾਡੇ 1-2 ਉੱਪਰ ਦਿਨ ਉੱਪਰ ਥੱਲੇ ਹੋ ਜਾਂਦੇ, ਕੋਈ ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਹੈਗੀ। 7-8 ਦਿਨ ਦੇ ਵਿੱਚ ਪਹੁੰਚ ਜੂਗਾ ਨਾ? 7-8 ਦਿਨ ਦੇ ਵਿੱਚ ਪਹੁੰਚ ਜਾਂਦੇ ਆ ਭਾਅ ਜੀ। ਦੇਖੋ 3500 ਰੇਂਜ ਆ ਭਾਅ ਜੀ, 5-6 ਹਜ਼ਾਰ ਤੋਂ ਘੱਟ ਨਹੀਂ ਪੈਣਾ, ਪੂਰਾ ਹੈਵੀ ਆ, ਫੋਰਸ ਦਾ ਬਾਰਡਰ ਲੱਗਾ ਚੁੰਨੀ ਦੇ, ਸਿਰਫ 3500 ਰੇਂਜ ਤੁਸੀਂ ਆਪਣਾ ਲੈ ਕੇ ਜਾ ਸਕਦੇ ਆ ਜੀ। ਹਰ ਤਰ੍ਹਾਂ ਤੁਹਾਨੂੰ ਕਲਰ ਮਿਲ ਜਾਣੇ, ਹਰ ਤਰ੍ਹਾਂ ਤੁਹਾਨੂੰ ਸਟਾਈਲ ਮਿਲ ਜਾਣੇ ਆ ਜੀ। ਇਹ 3500 ਦਿਖਾ ਲਿਆ, ਆਹ ਥੋੜ੍ਹਾ ਉਸ ਤੋਂ ਹੋਰ ਹੈਵੀ ਆ ਗਿਆ ਭਾਅ ਜੀ। ਠੀਕ ਹੈ, ਰੇਂਜ 'ਚ ਹੈਵੀ ਨਹੀਂ ਆਇਆ, ਉੱਦਾਂ ਵਰਕ ਹੈਵੀ ਆ ਗਿਆ ਆ। ਦੇਖੋ ਭਾਅ ਜੀ, ਸਿਰਫ 2995 ਰੇਂਜ ਆ ਭਾਅ ਜੀ, 2995 ਰੇਂਜ ਮਾਰੇ। ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੀਆਂ ਨਾ, ਦੇਖੋ ਕਿੰਨੀ ਸੋਹਣੀ ਆ ਚੁੱਕੀਆਂ। ਫੋਰ ਸਾਡੇ ਬਾਰਡਰ ਆ, ਪੂਰਾ ਲਾਈਟ ਵੇਟ ਵਿੱਚ, ਜਿੱਦਾਂ ਤੁਸੀਂ ਮਰਜ਼ੀ ਲੈ ਸਕਦੇ ਆ। ਕਈ ਮੇਰੀ ਭੈਣਾਂ ਕਹਿੰਦੀ ਸਾਨੂੰ ਬਾਰਡਰ ਛੋਟਾ ਚਾਹੀਦਾ ਹੁੰਦਾ ਨਾ, ਇਹ ਵੀ ਦੇਖੋ ਸੁੱਚੇ ਮੋਤੀ ਲਾਤੇ ਨਾਲ ਦੇਖੋ। ਠੀਕ ਹੈ, ਖਿਆਲ ਫਿਰ ਵੀ ਰੱਖਿਆ ਗਿਆ ਭੈਣਾਂ ਦਾ, ਅਤੇ ਵਾਈਨ ਕਲਰ ਵੀ ਕਾਫੀ ਚੱਲਦਾ ਭਾਅ ਜੀ, ਤੁਹਾਨੂੰ ਵਾਈਨ ਕਲਰ ਵੀ ਦਿਖਾ ਦਈਏ। ਦੇਖੋ ਕਿੰਨੇ ਕਿੰਨੇ ਸੋਹਣੀ ਚੀਜ਼ਾਂ ਆ ਚੁੱਕੀਆਂ। ਇਹ ਪੈਣਾ ਤੁਹਾਨੂੰ ਭਾਅ ਜੀ ਥੋੜ੍ਹਾ 4000 ਦੀ ਰੇਂਜ ਪੈਣਾ ਆ, ਬਾਹਰ 8-9 ਹਜ਼ਾਰ ਤੁਹਾਨੂੰ ਘੱਟ ਨਹੀਂ ਦੇਣਾ ਭਾਅ ਜੀ। ਦੇਖੋ 4000 ਰੇਂਜ ਤੁਸੀਂ ਸੂਟ ਆਪਣਾ ਬਾਏ ਕਰਕੇ ਲੈ ਕੇ ਜਾ ਸਕਦੇ ਆ। ਦੇਖੋ ਕਲਰ ਬਹੁਤ ਸੋਹਣੇ ਸੋਹਣੇ ਆ ਚੁੱਕੇ ਆ। ਇਸ ਵੀਡੀਓ ਦੇ ਵਿੱਚ ਤੁਹਾਨੂੰ ਨਾ ਅਸੀਂ ਸੈਂਪਲ ਦਿਖਾ ਰਹੇ ਹਾਂ, ਕਿਉਂਕਿ ਡਿਊਰੇਸ਼ਨ ਕਾਫੀ ਲੰਬੀ ਹੋ ਜਾਂਦੀ ਹੈ, ਤੁਸੀਂ ਵੀ ਇੰਨਾ ਟਾਈਮ ਨਹੀਂ ਕਰਦੇ, ਪਰ ਇੱਥੇ 250 ਤੋਂ ਸ਼ੁਰੂ ਹੋ ਜਾਂਦਾ। ਤੁਸੀਂ 500, 700, 1000, 5000, 10000, 12000, 15000 ਤੱਕ ਵੀ ਵਰਾਇਟੀ ਲੈ ਕੇ ਜਾ ਸਕਦੇ ਆ, ਜਿਹੜੀ ਇੱਥੇ 8-8 ਹਜ਼ਾਰ ਹੀ ਤੁਹਾਨੂੰ ਬਾਹਰ ਮਿਲਦੀ ਹੈ, ਤੁਹਾਨੂੰ ਆਹ 4000-4200 ਦੇ ਵਿੱਚ ਇੱਥੇ ਮਿਲ ਜਾਂਦਾ ਹੈਗਾ ਆ। ਦੇਖੋ ਭਾਅ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ, ਬਾਜੂ ਵਰਕ ਬਣਿਆ ਹੋਇਆ, ਠੀਕ ਆ, ਅਤੇ ਪੂਰਾ ਸੂਟ ਹੈਵੀ ਆ, ਅਤੇ ਚੁੰਨੀ ਵੀ ਨਾਲ ਸੋਹਣੀ ਹੈਵੀ ਬਣੀ ਹੋਈ ਆ। ਦੇਖੋ ਅੱਜ ਦੇਖੋ ਕਿੰਨੇ ਕਿੰਨੇ ਸੋਹਣੇ ਸਟਾਈਲ ਆ ਚੁੱਕੇ ਭਾਅ ਜੀ। 4000 ਰੇਂਜ ਸਾਰਾ, 4000 ਰੇਂਜ ਨਾਲੇ ਪੂਰਾ ਵਰਕ ਕੀਤਾ ਹੋਇਆ ਹੈਵੀ ਦੇ ਵਿੱਚ ਆ। ਠੀਕ ਆ, ਬਾਹਰ ਤੁਹਾਨੂੰ 8-9 ਹਜ਼ਾਰ ਤੋਂ 7000 ਤੋਂ ਘੱਟ ਨਹੀਂ ਪੈਣਾ, ਸਭ ਤੁਸੀਂ 4000 ਦਾ ਆਪਣਾ ਬਾਈ ਕਰਕੇ ਲੈ ਕੇ ਜਾ। ਸੋ ਜਿਹਨਾਂ ਨੂੰ ਇਹ ਸੂਟ ਪਸੰਦ ਆ ਰਹੇ ਆ, ਤੁਸੀਂ ਹੁਣੇ ਸਕਰੀਨਸ਼ਾਟ ਲੈ ਲਓ, ਸਕਰੀਨਸ਼ਾਟ ਲੈ ਕੇ ਇੱਥੇ ਭੇਜ ਦਿਓ, ਤਾਂ ਜੋ ਕਿ ਤੁਹਾਡੇ ਘਰ ਔਨਲਾਈਨ ਜਿਹਨੀ ਸ਼ੋਪਿੰਗ ਕਰਨੀ ਆ ਇਹ ਪਹੁੰਚ ਜਾਊਗੇ। ਜਿਹੜੇ ਇੱਥੇ ਆ ਸਕਦੇ ਆ, ਤੁਹਾਡੇ ਲਈ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਆ, ਵੀ ਇੱਥੇ ਜੇ ਤੁਹਾਨੂੰ ਇੱਕ ਇੱਕ ਡਿਜ਼ਾਈਨ ਦਿਖਾ ਰਹੇ ਆ, ਇਹਦੇ ਨਾਲ ਦੇ ਤੁਹਾਨੂੰ 50-50, 60-60 ਡਿਜ਼ਾਈਨ ਹੋਰ ਮਿਲ ਜਾਣੇ ਆ, ਤੁਸੀਂ ਇੱਥੋਂ ਆ ਕੇ ਹੋਰ ਵੀ ਸ਼ੋਪਿੰਗ ਕਰ ਸਕਦੇ ਆ। ਦੇਖੋ ਭਾਈ, ਬਿਲਕੁਲ ਸਹੀ ਆ। ਦੇਖੋ 4000 ਰੇਂਜ ਭਾਅ ਜੀ, ਵੀ ਕਲਰ ਬਹੁਤ ਸੋਹਣੇ ਸੋਹਣੇ ਆ ਭਾਅ ਜੀ, ਇੰਨੇ ਸੋਹਣੇ ਸੋਹਣੇ ਸੂਟ ਆ ਮਾਰੇ, ਤੁਸੀਂ ਆਪ ਕਨਫਿਊਜ਼ ਹੋਣਾ ਕਿਹੜਾ ਲਈਏ ਅਤੇ ਕਿਹੜਾ ਛੱਡ ਕੇ ਜਾਈਏ, ਮਾਰੇ ਡਬਲ ਮਾਈਂਡਡ ਹੋਣਾ ਮਾਰੇ, ਅਤੇ ਤੁਰ ਕੇ ਮੈਂ ਕਿਹਾ ਚਾਹੇ ਗੱਡੀ ਜਾਏ ਤਾਂ ਤੁਰ ਕੇ, ਚਾਹੇ ਓਡੀ ਜਾਏ ਆਟੋ ਕਰਾਉਣਾ ਹੀ ਪੈਣਾ, ਤੁਹਾਨੂੰ ਵਾਰ ਵਾਰ ਕਹਿੰਦਾ ਮੈਂ ਬਹੁਤ ਟਾਈਮ ਬਾਅਦ ਕਿਹਾ ਮੈਂ ਇਹ ਗੱਲ ਕਹੀ ਆ, ਕਿਉਂਕਿ ਸਾਨੂੰ ਪਤਾ ਹੈ, ਸਾਨੂੰ ਗਾਹ ਕੱਪ ਦੱਸਦੇ, ਕਹਿੰਦੇ ਭਾਈ ਤੁਹਾਡੀ ਗੱਲਾਂ ਸੱਚ ਹੋਈ ਨਹੀਂ। ਮੈਂ ਕਿਹਾ ਮਾਰੇ ਆਪਾਂ ਸ਼ਕਤੀ ਮਾਤਾ ਹੋਣੀ ਹੈ ਨਹੀਂ ਜਿਹੜੇ ਸੱਚ ਗੱਲਾਂ ਹੋਈਆਂ ਨਹੀਂ। ਭਾਅ ਜੀ, ਅੱਜ ਵੀ ਆਟੋਆਂ ਭਰ ਭਰ ਜਾਂਦੇ ਲੋਕੀ? ਭਾਅ ਜੀ, ਤੁਹਾਡੇ ਸਾਹਮਣੇ ਬਿਲਕੁਲ ਆ, ਦੇਖੋ ਤਾਂ ਮਾਰੇ ਨਾਨਕਾ ਮੇਲਾ ਇਕੱਠਾ ਹੋ ਕੇ ਆਇਆ, ਆਟੋ ਭਰ ਕੇ ਲੈ ਕੇ ਜਾਣੀ ਹੈ ਨਹੀਂ ਉੱਤੇ, ਥੋੜ੍ਹਾ ਕਿਤੇ ਆਉਂਦੇ ਸਵੇਰੇ ਮੇਲਾ ਲੱਗ ਜਾਂਦਾ ਇੱਥੇ ਜਾ ਕੇ। ਠੀਕ ਹੈ, ਅਤੇ ਵੱਡਾ ਡਿਪੂ ਉੱਤੇ ਥੋੜ੍ਹਾ ਮੇਲਾ ਲੱਗਦਾ, ਇਸ ਕਰਕੇ ਲੱਗਦਾ ਵਰਾਇਟੀ ਤੁਹਾਨੂੰ ਜ਼ਿਆਦਾ ਮਿਲਣੀ ਇੱਥੇ, ਪ੍ਰਾਈਜ਼ ਘੱਟ ਮਿਲਣੇ ਹੈਗੇ ਆ, ਅਤੇ ਜਿਹੜੀ ਤੁਹਾਨੂੰ ਚੀਜ਼ਾਂ ਆਪਾਂ ਦਿਖਾ ਰਹੇ ਹਾਂ ਸਿਲੈਕਟਰ ਸੈੱਟ ਪੀਸ, ਤੁਹਾਨੂੰ ਬਾਹਰ ਚੀਜ਼ਾਂ ਮਿਲ ਜਾਣੀਆਂ ਭਾਅ ਜੀ, ਤੁਹਾਨੂੰ ਪ੍ਰਾਈਜ਼ ਨਹੀਂ ਮਿਲਣੇ ਵੱਡੀ ਡਿਪੂ ਵਾਲੇ, ਸਿਰਫ 4000 ਰੇਂਜ ਆ ਭਾਅ ਜੀ ਇਹ। ਬਾਹਰ ਕੀ ਕਰਦੇ ਗਾਹ ਦੇਖੇ ਦੇ ਰੇਟ ਲਾਉਂਦੇ ਆ, ਹੁਣ ਦੇਖਣਾ ਭਾਅ ਜੀ ਗਾਹਕ ਲੈਣ ਵਾਲਾ ਹੈਗਾ ਤਾਂ ਰੇਟ ਲਾ ਦਿਓ, ਜੋ ਉੱਠ ਕੇ ਤੁਰ ਪੈਂਦੇ ਥੋੜ੍ਹੇ ਘਟਾ ਦਿੰਦੇ, ਸਾਡੇ ਉਹ ਕੰਮੇ ਨਹੀਂ, ਚਾਹੇ ਉੱਠ ਕੇ ਚੱਲ ਜਾਓ ਕੋਈ ਗੱਲ ਨਹੀਂ। ਭਾਅ ਜੀ, ਆਹ ਤਾਂ ਜਿੱਦਾਂ ਨਾ ਸੁੱਚੇ ਮੋਤੀਆਂ ਨਾਲ ਜੜਿਆ ਪਿਆ ਸੂਟ ਆ ਨਾ, ਇਹ ਤਾਂ ਮਾਰਕੀਟ 'ਚ ਬਾਕੀ ਤੁਹਾਡੇ ਕਹਿਣ ਤੋਂ ਪਹਿਲੇ ਮੈਂ ਦੱਸ ਦਿੰਦਾ, ਸਾਡੇ ਜਿਹੜੇ ਦਰਸ਼ਕ ਹੈਗੇ ਜਿਹੜੇ ਪਾਉਂਦੇ ਆ ਰੋਇਲ ਸੂਟ ਆ ਨਾ, ਉਹਨਾਂ ਨੂੰ ਪਤਾ ਵੀ ਇਹ 12000-14000 ਇੱਦਾਂ ਦੇ ਰੇਟ ਮਗ ਲੱਗਦੇ ਆ ਨਾ। ਸੂਟ ਸਾਰਾ ਦਿਖਾ ਦਿਓ ਅਤੇ ਇਹਦਾ ਪ੍ਰਾਈਜ਼ ਦੱਸੋ ਕੀ ਆ, ਡਿਫਰੈਂਸ ਕਿੰਨਾ ਹੈਗਾ ਤੁਹਾਡਾ? ਭਾਅ ਜੀ, ਡਿਫਰੈਂਸ ਤੁਹਾਨੂੰ ਦੱਸਿਆ ਹੀ ਆ, ਸਾਡੇ ਹੈਗਾ 3995, 4000 ਰੁਪਈਆ, 3500 ਰੁਪਈਆ, 4500 ਤੋਂ ਉੱਪਰ ਆਪਾਂ ਤੁਹਾਨੂੰ ਸੂਟ ਦਿਖਾ ਲਿਆ ਨੇਗਾ। ਇੰਨੀ ਕੁ ਰੇਂਜ 'ਚ ਭਾਅ ਜੀ, ਰੁਪਈਆ 4000 ਦਾ ਸੂਟ ਆ ਜੀ ਇਹ ਵੀ। ਭਾਅ ਜੀ, ਇਹ ਤਾਂ ਸੱਚੀ ਵੱਡੇ ਫਾਇਦੇ ਤੁਸੀਂ ਕਰ ਰਹੇ ਹੋ ਲੋਕਾਂ ਦੇ। ਭਾਅ ਜੀ, ਤੁਹਾਨੂੰ ਪਤਾ ਹੀ ਆ, ਉਮੀਦ ਹੀ ਆ ਰਹੀ ਕਿ ਵੱਡਾ ਡਿਪੂ ਮਾਰਾ, ਤੁਹਾਨੂੰ ਪਤਾ ਹੀ ਆ ਸਾਡੇ ਤਕੜ ਭਾਈ, ਸਾਡੇ ਕੋਲ ਤੁਹਾਨੂੰ ਪਾਉਂਦਾ ਆਉਂਦੇ ਆ, ਘੁੰਮ ਫਿਰ ਕੇ ਆਉਂਦੇ ਸਾਰੇ ਪਾਸੇ, ਮਾਰਾ ਬਹਿਜਾ ਬਹਿਜੇ ਹੋਈ ਪਈ, ਇਹਨਾਂ ਨਾ ਚੱਲਦਾ ਆ। ਸੋ ਮਾਰਾ ਤੁਹਾਡੇ ਸਾਹਮਣੇ ਵੱਡੇ ਡਿਪੂ ਦੇ ਨਾ ਚੱਲਦਾ ਮਾਰਾ ਇਸ ਟਾਈਮ। ਠੀਕ ਆ, ਸੋ ਇਹ ਤਾਂ ਤੁਹਾਨੂੰ ਆਪਾਂ ਦਿਖਾਏ ਸੀਗੇ ਸੂਟ ਨਾ। ਬਾਈ ਜੀ, ਹੁਣ ਇੱਦਾਂ ਕਰੋ, ਮੈਨੂੰ ਪਤਾ ਤੁਸੀਂ ਨਹੀਂ ਹਟਣਾ ਹੈਗਾ, ਤੁਸੀਂ ਵਰਾਇਟੀ ਦਿਖਾਈ ਜਾਣੀ ਆ, ਥੋੜ੍ਹੇ ਜਿਹਾ ਸ਼ਰਾਰੇ ਸ਼ਰੂਰੇ ਆ ਨਾ, ਡਰੈਸਿਸ ਜਿਹੜੇ ਰੈਡੀਮੇਡ ਆ ਉਹ ਵੀ ਥੋੜ੍ਹੇ ਜਿਹਾ ਦਿਖਾ ਦਈਏ, ਇੱਕ ਆਈ
ਠੀਕ ਹੈ ਇਹ ਆ ਗਿਆ ਨਾਲ ਲਹਿੰਗਾ ਚੋਲੀ ਤੇ ਟੌਪ ਆ ਗਿਆ ਸੀ ਇਹ ਤੇ ਨਾਲ ਆ ਗਿਆ ਲਹਿੰਗਾ ਤੇ ਨਾਲ ਆ ਗਿਆ ਚੁੰਨੀ ਇਹਦੇ ਨਾਲ ਦੇਖੋ ਸਿਰਫ 2200 ਰੇਂਜ ਭਾਜੀ ਆਪਣਾ ਲੈ ਕੇ ਜਾ ਸਕਦੇ ਹਾਂ ਫੰਕਸ਼ਨ ਬਾਅਦ ਜਿੱਦਾਂ ਆਪਾਂ ਮਰਜ਼ੀ ਘਰ ਪਾ ਕੇ ਘੁੰਮੀ ਜਾਇਓ ਦੇਖੋ ਮੰਜੇ ਦੇ ਆਲੇ ਦੁਆਲੇ ਤੇ 2200 ਰੁਪਏ ਲਾਉਣਾ ਤੇ ਟੌਪ ਠੱਪਾ ਤੁਹਾਡਾ ਪੂਰਾ ਬਣ ਜਾਣਾ ਮਾਰਾ ਠੀਕ ਆ ਤੇ ਜਿਹੜਾ ਤੁਸੀਂ ਮਰਜ਼ੀ ਸਟਾਈਲ ਲੈ ਜਿਹੜਾ ਤੁਸੀਂ ਮਰਜ਼ੀ ਕਲਰ ਲੈ ਜਾਓ ਤੇ ਲਹਿੰਗਾ ਦਿਖਾ ਲਿਆ ਤੇ ਆਪਾਂ ਤੁਹਾਨੂੰ ਆਪਾਂ ਦਿਖਾ ਦਈਏ ਭਾਜੀ ਸ਼ਰਾਰਾ ਵੀ ਦਿਖਾ ਦਈਏ 1300 ਰੇਂਜ ਜੀ ਆਹ 1300 ਰੇਂਜ ਆ ਗਿਆ ਮਾਰਾ ਭਾਜੀ ਅਸੀਂ ਤਾਂ ਬਾਰ ਬਾਰ ਜਦੋਂ ਇੱਥੇ ਆ ਗਏ ਨਾ ਇੱਕੋ ਹੀ ਸਵਾਲ ਕਰਦੇ ਹਾਂ ਵੀ 1300 ਰੁਪਏ ਦੇ ਵਿੱਚ ਤਾਂ ਸਟਿਚਿੰਗ ਵੀ ਨਹੀਂ ਹੁੰਦੀ ਹੈਗੀ ਸ਼ਰਾਰਿਆਂ ਦੀ ਪਰ ਤੁਸੀਂ 1300 ਦੇ ਵਿੱਚ ਸੀਤਾ ਸਮਾਇਆ ਦੇਈ ਜਾਂਦੇ ਆ ਭਾਜੀ 1300 ਕਰਕੇ ਦਿਖਾਈਦਾ ਇਹ ਗੱਲਾਂ ਸਾਰੇ ਕਰਦੇ ਆ ਕਰਕੇ ਕੋਈ ਦਿਖਾਉਂਦਾ ਮਾਰੇ ਬਾਈ ਡਿਪੋਲ ਕਰਕੇ ਦਿਖਾਉਂਦਾ ਗੱਲਾਂ ਨਹੀਂ ਕਰਦਾ ਠੀਕ ਆ ਤੇ ਤੁਹਾਡੇ ਸਾਹਮਣੇ 1300 ਰੇਂਜ ਮੈਂ ਸਟਿਚਿੰਗ ਚੱਲਦੀ ਆ ਠੀਕ ਆ 500-600 ਰੁਪਏ ਮੀਟਰ ਕੱਪੜਾ ਲੈਂਦੇ ਆ ਇਹ ਬਾਕੀ ਸਟਿਚਿੰਗ ਤੁਹਾਨੂੰ ਪਤਾ ਹੀ ਆ ਨਾ ਤੇ ਬਾਕੀ ਸਾਡੇ ਉਹ ਕੰਮੇ ਹੈ ਨਹੀਂਗੇ ਸਾਡੇ ਹਰ ਕਿਸੇ ਉੱਪਰ ਟੈਗ ਲੱਗੇ ਹੋਏ ਆ ਦੇਖੋ ਆਹ ਦੇਖੋ ਦੇਖੋ ਕਿੰਨਾ ਪਿਆਰਾ ਸਟਾਈਲ ਆ ਚੁੱਕਾ ਮਾਰੀ ਕੈਮਰਾ ਮਾਲੋ ਭਾਜੀ ਇਹਦੇ ਮਾਰੇ ਉਹਨਾਂ ਰਾਤ ਨੂੰ ਟਟਣਾ ਹੀ ਚਾਹਾਂਗਾ ਜਿੰਨਾ ਤੁਹਾਡੀ ਡਰੈਸ ਚਮਕ ਨਹੀਂ ਪਾਈਓ ਦੇਖੋ ਸਿਰਫ 1800 ਰੁਪਏ ਲਾਉਣਾ ਟੌਰ ਠੱਪਾ ਤੁਸੀਂ ਪੂਰਾ ਬਣਾ ਲੈਣਾ ਮਾਰਾ ਦੇਖੋ ਇਹ ਵੀ ਵੱਡੀ ਡੀਲ ਆ 1800 ਦਾ ਫਰੰਟ ਬੈਕ ਦੋਨੇ ਹੈਵੀ ਆ ਤੇ ਨਾਲ ਸਾਨੂੰ ਕਲਰ ਵੀ ਖਰਾ ਮਿਲਦਾ 3500 ਵਾਲਾ ਸਾਨੂੰ ਇੱਥੇ 1800 ਦਾ ਮਿਲਦਾ ਨਾਲੇ ਭਾਜੀ ਫਰੋਕ ਦੇਖੋ ਨਾਲੇ ਪੂਰੀ ਬਣੀ ਹੋਈ ਨਾਲੇ ਠੀਕ ਆ ਚਮਕ ਤਾਂ ਤੁਹਾਡੀ ਪੂਰੀ ਬਣਨੀ ਇੱਥੇ ਜਿਹੜਾ ਤੁਸੀਂ ਮਰਜ਼ੀ ਕਲਰ ਲੈ ਜਿਹੜਾ ਤੁਸੀਂ ਮਰਜ਼ੀ ਸਟਾਈਲ ਲੈ ਕੇ ਜਾ ਸਕਦੇ ਆ ਕਲਰ ਸਾਕੋ ਹਰ ਤਰ੍ਹਾਂ ਦੇ ਹੈਗੇ ਆ ਪਸੰਦ ਤੁਹਾਡੀ ਆ ਜੀ ਠੀਕ ਆ ਜੀ ਇੱਕ ਆ ਵੀ ਫਰੋਕ ਟਾਈਪ ਆ ਗਿਆ ਤੇ ਭਾਜੀ ਇਹ ਵੀ 1800 ਰੇਂਜ ਆ ਜੀ ਆ ਭਾਜੀ ਫਰੰਟ ਬਣਿਆ ਇਹਦਾ ਠੀਕ ਆ ਅੱਜ ਕੱਲ੍ਹ ਨਵੀਂ ਨਵੀਂ ਡਿਜ਼ਾਈਨਿੰਗ ਆ ਚੁੱਕੇ ਤੁਹਾਨੂੰ ਪਤਾ ਹੀ ਆ ਤੇ ਟਾਈਮ ਦੇ ਅਕੋਰਡਿੰਗ ਸਭ ਕੁਝ ਚੇਂਜ ਹੋ ਜਾਂਦਾ ਜੀ ਜਿਹੜੀ ਕਹਿੰਦੇ ਚੀਜ਼ ਅਸੀਂ ਪਾਈ ਕਿਸੇ ਦੂਜੇ ਬੰਦੇ ਨੇ ਪਾਈ ਹੋਵੇ ਦੇਖੋ ਫਰੰਟ ਬਣਿਆ ਆ ਆਹ ਬੈਕ ਟੌਪ ਬਣਿਆ ਆ ਨਵੇਂ ਨਵੇਂ ਸਟਾਈਲ ਤੁਹਾਨੂੰ ਮਿਲਣੇ ਸਾਰੇ ਲੇਟੈਸਟ ਚੀਜ਼ਾਂ ਜਿਹੜੀਆਂ ਹੈਗੀਆਂ ਸਿਰਫ 1800 ਰੇਂਜ ਬਣੀ ਆ ਆ ਪਲਾਜੋ ਇਹਦਾ ਚੇਂਜ ਹੋ ਗਿਆ ਜੀ ਆਹ ਦੇਖੋ ਚੇਂਜ ਹੋ ਗਿਆ ਇਹਦਾ ਅਲੱਗ ਸਟਾਈਲ ਆ ਗਿਆ ਜੀ ਇਹਦਾ ਚੁੰਨੀ ਨਾਲ ਆ ਸਿਰਫ 1800 ਰੇਂਜ ਆ ਜੀ ਇਹਦੇ ਵਿੱਚ ਕਲਰ ਹੈਗੇ ਹੋਰ ਭਾਜੀ ਕਲਰ ਜਿਹੜਾ ਤੁਸੀਂ ਕਹੋਗੇ ਨਹੀਂ ਮਿਲੂਗੇ ਕਲਰ ਦੱਸੋ ਕਿਹੜਾ ਕਲਰ ਚਾਹੀਦਾ ਆ ਇੱਕ ਆ ਦੇਖੋ 2200 ਰੇਂਜ ਭਾਜੀ ਸਾਲ ਹੈ ਫਰੰਟ ਬਣਿਆ ਆ ਇਹਦਾ ਬੈਕ ਬਣਿਆ ਆ ਜਿਹੜਾ ਤੁਸੀਂ ਮਰਜ਼ੀ ਕਲਰ ਲੈ ਜਿਹੜਾ ਮਰਜ਼ੀ ਸਟਾਈਲ ਲੈ ਜਾਓ ਇਹ ਨਾ ਭਾਜੀ ਸ਼ਰਾਰਾ ਬਹੁਤ ਵਧੀਆ ਬਣਿਆ ਹੋਇਆ ਦੇਖੋ ਨਾਲ ਉਹ ਤੁਹਾਨੂੰ ਪਲੇਨ ਦਿਖਾ ਲਿਆ ਸ਼ਰਾਰਾ ਪਹਿਲਾਂ ਇਹ ਹੁਣ ਆਪਾਂ ਤੁਹਾਨੂੰ ਵਰਕ ਵਾਲਾ ਦਿਖਾ ਦਿੱਤਾ ਹਰ ਤਰ੍ਹਾਂ ਤੁਹਾਨੂੰ ਵਰਾਇਟੀ ਮਿਲ ਜਾਣੀ ਤੁਸੀਂ ਸੋਚ ਕੇ ਕੀ ਜਾਣਾ ਤੁਸੀਂ ਲੈ ਇੱਥੋਂ ਕੀ ਜਾਣਾ ਤੁਸੀਂ ਕਹਿੰਦੇ ਤਾਂ ਸੋਚਿਆ ਨਹੀਂ ਸੀ ਤੁਹਾਡੇ ਪੁੱਤੇ ਵੀ ਲੈ ਜਾਵਾਂਗੇ ਤੇ ਫਿਰ ਤੁਹਾਨੂੰ ਫਿਰ ਸੋਚਣਾ ਪੈਣਾ ਤੁਹਾਨੂੰ ਘਰ ਫੋਨ ਕਰਨਾ ਪੈਣਾ ਇਹ ਪੱਪੂ ਦੇ ਡੈਡੀ ਆ ਜਾ ਬੜੇ ਡਿਪੂ ਮੇਰੇ ਤੋਂ ਸਮਾਨ ਜ਼ਿਆਦਾ ਲੈ ਹੋ ਗਿਆ ਤੈਨੂੰ ਦੱਸ ਕੇ ਜਾਂਦੀ ਬੜੇ ਡਿਪੂ ਗਈ ਸੀ ਤਾਂ ਤੂੰ ਮੈਨੂੰ ਪਹਿਲਾਂ ਦੱਸ ਦੀ ਤੁਹਾਨੂੰ ਪਤਾ ਉੱਥੇ ਇੱਕ ਚੀਜ਼ ਲੈਣ ਤੇ ਦਾਦਾ ਚੀਜ਼ਾਂ ਲੈ ਕੇ ਆਣੀਆਂ ਉੱਥੋਂ ਜਾਣ ਲੱਗੇ ਪਹਿਲਾਂ ਆਪਣਾ ਸਾਧਨ ਲੈ ਕੇ ਜਾਈਦਾ ਤੁਹਾਨੂੰ ਬੜਾ ਥੋੜਾ ਪਤਾ ਆ ਸੋ ਮਾਰੇ ਪੱਪੀ ਡੈਡੀ ਫਿਰ ਉੱਠ ਕੇ ਆਉਣਾ ਹੀ ਪੈਂਦਾ ਮਾਰੇ ਕੀ ਕਰੇ ਵਿਚਾਰਾ ਵੀ ਕਿਉਂਕਿ ਇਸ ਕਰਕੇ ਤੁਹਾਡੇ ਫਾਇਦੇ ਹੋਣੇ ਮਾਰੇ ਇਹ ਕੋਈ ਜੋਕ ਨਹੀਂ ਹੈਗਾ ਨਾ ਇਹ ਕੋਈ ਮਜ਼ਾਕ ਨਹੀਂ ਜਿਸ ਤਰ੍ਹਾਂ ਸਮਝਾਉਣ ਦੀ ਗੱਲ ਆ ਇੱਥੇ ਸੱਚੀ ਲੋਕਾਂ ਦਾ ਮਾਈਂਡ ਇੱਦਾਂ ਹੁੰਦਾ ਵੀ ਆਪਾਂ ਇੱਕ ਜਾਂ ਦੋ ਸੂਟ ਜਾਂ ਇੱਕ ਡਰੈਸ ਲੈ ਕੇ ਆਉਣੀ ਆ ਪਰ ਜਦੋਂ ਤੁਸੀਂ ਰੇਟ ਦੇਖਦੇ ਹੋ ਨਾ ਵੀ ਯਾਰ ਬਾਹਰ ਕਿਤਾ 10000 ਦਾ ਆ ਇੱਥੇ ਤੁਹਾਨੂੰ 2000 ਦਾ ਮਿਲਦਾ ਤਾਂ ਬੰਦਾ ਕਹਿੰਦਾ ਵੀ ਲੈ ਲਓ ਉਹਨਾਂ ਨੂੰ ਇਦਾਂ ਲੱਗਣ ਆਪਣਾ ਵੀ ਸ਼ਾਇਦ ਮੁੜ ਕੇ ਮਿਲਣਾ ਨਹੀਂ ਹੈਗਾ ਸੋ ਇੱਕ ਖਰੀਦਣ ਆਉਂਗੇ 10-10 ਖਰੀਦ ਕੇ ਲੈ ਕੇ ਜਾਉਂਗੇ ਇਦਾਂ ਦੇ ਇੱਥੇ ਦਾਅਵੇ ਹੈਗੇ ਆ ਸਾਨੂੰ ਅਸੀਂ ਸੂਟ ਵੀ ਦਿਖਾਤੇ ਆ ਸ਼ਰਾਰੇ ਵੀ ਦਿਖਾਤੇ ਆ ਬਹੁਤ ਘੱਟ ਰੇਟਾਂ ਦੇ ਦਿਖਾਏ ਹੈਗੇ ਆ ਸੋ ਇੱਕ ਦੋ ਕੁ ਪੀਸ ਹੋਰ ਦਿਖਾ ਦਿੰਦੇ ਆ ਬਾਈ ਜੀ ਇਹ ਇਹਦੇ ਵਿੱਚ ਕਾਫੀ ਤੁਸੀਂ ਫਾਇਦੇ ਲੋਕਾਂ ਦੇ ਕਰ ਰਹੇ ਹੋ ਨਾ ਜਦੋਂ ਲੋਕ ਇੱਥੇ ਆ ਕੇ ਦੇਖਦੇ ਹੈਗੇ ਆ ਕੇ ਪ੍ਰਾਈਸ ਚੈੱਕ ਕਰਦੇ ਆ ਵਰਾਇਟੀ ਚੈੱਕ ਕਰਦੇ ਆ ਅਤੇ ਉਹ ਕਿੱਦਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਬਾਕੀ ਮਹਿਸੂਸ ਕਰਦੇ ਵੀ ਫਾਇਦੇ ਹੋਏ ਆ ਭਾਜੀ ਤੁਹਾਨੂੰ ਪਤਾ ਜਿਹੜਾ ਵੀ ਇੱਕ ਵਾਰੀ ਆਇਆ ਤਾਂ ਮਾਰੇ ਮੁੜ ਮੁੜ ਕੇ ਡਿਪੂ ਨੂੰ ਯਾਦ ਕਰਦੇ ਮਾਰੇ ਠੀਕ ਆ ਕਹਿੰਦੇ ਸਾਨੂੰ ਤੁਹਾਡੇ ਤੋਂ ਇਲਾਵਾ ਕਿਤੇ ਤੁਹਾਨੂੰ ਵਰਾਇਟੀ ਵਧੀਆ ਲੱਗਦੀ ਜਿੰਨੀ ਤੁਸੀਂ ਵਰਾਇਟੀ ਸਾਨੂੰ ਵਧੀਆ ਦਿਖਾ ਦਿੰਦੇ ਨਾ ਤੁਹਾਨੂੰ ਬਾਅਦ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਨਾ ਤੁਹਾਡੇ ਰੇਟ ਮਿਲਦੇ ਸਿਰਫ ਭਾਜੀ ਹੈਗਾ ਇਹ 2500 ਰੇਂਜ ਆ ਜੀ ਫਰੰਟ ਆ ਗਿਆ ਜੀ ਫਰੰਟ ਬਣਿਆ ਇਹਦਾ ਆ ਦੇਖੋ ਬੈਕ ਬਣਿਆ ਲਟਕਣ ਲੱਗਿਓ ਨਾਲ ਲਟਕੀ ਜਾ ਰਿਹਾ ਆਪਣਾ ਕੰਮ ਕਰੀ ਜਾ ਰਿਹਾ ਦੇਖੋ ਠੀਕ ਆ 2500 ਰੇਂਜ ਤੁਸੀਂ ਆਪਣਾ ਲੈ ਕੇ ਜਾ ਸਕਦੇ ਪ੍ਰਿੰਟ ਦੇਖੋ ਕਿੰਨਾ ਵਧੀਆ ਬਣਿਆ ਨਾਲ ਇਹਦਾ ਸ਼ਰਾਰਾ ਦੇਖੋ ਸ਼ਰਾਰਾ ਵੀ ਕਿੰਨਾ ਸੋਹਣਾ ਇਹਦੇ ਨਾਲ ਦੇਖੋ ਕਿੰਨੀ ਕਿੰਨੀ ਸੋਹਣੀ ਚੀਜ਼ਾਂ ਆ ਚੁੱਕੀਆਂ ਮਾਰੇ ਬਾਹਰ ਵਾਲੀ ਚੀਜ਼ਾਂ ਤੁਹਾਨੂੰ ਬੜੀ ਕੋਲ ਮੈਂ ਤੁਹਾਨੂੰ ਕਿਤੇ ਵੀ ਟਾਈਮ ਖਰਾਬ ਕਰਨ ਦੀ ਜ਼ਰੂਰਤ ਨਹੀਂ ਵੱਡੀ ਪੂਆ ਕੇ ਤੁਸੀਂ ਆਪਣੀ ਚੁਆਈ ਦੇ ਅਕੋਰਡਿੰਗ ਜਿਹੜੀ ਚੀਜ਼ ਚਾਹੀਦੀ ਲੈ ਕੇ ਜਾ ਸਕਦੇ ਚੁੰਨੀ ਦੇਖੋ ਨਾਲ ਕਿੰਨੀ ਸੋਹਣੀ ਆ ਸਿਰਫ 2500 ਰੇਂਜ ਆ ਭਾਜੀ 2500 ਰੇਂਜ ਆ ਜੀ ਮੇਰੇ ਉੱਪਰ ਲੱਗੇ ਹੋਏ ਆ ਰੇਟ ਸਾਡੇ ਫਿਕਸ ਹੈਗੇ ਆ ਸੋ ਬਾਕੀ ਤੁਸੀਂ ਅੱਜ ਬਾਈ ਜੀ ਇਸ ਵੀਡੀਓ ਦੇ ਵਿੱਚ ਕਾਫੀ ਫਾਇਦੇ ਕੀਤੇ ਹੈਗੇ ਲੋਕਾਂ ਦੇ ਤੇ ਲਾਸਟ ਦੇ ਵਿੱਚ ਕੀ ਕਹੋਗੇ ਤੁਸੀਂ ਮੈਂ ਤੁਹਾਨੂੰ ਲਾਸਟ ਵਾਰ ਇਹ ਕਹਿੰਦਾ ਤੁਸੀਂ ਪਲੀਜ਼ ਵੱਡਾ ਡਿਪੋ ਜ਼ਰੂਰ ਵਿਜ਼ਿਟ ਕਰੋ ਇੱਥੇ ਹਰ ਤਰ੍ਹਾਂ ਤੁਹਾਨੂੰ ਵਰਾਇਟੀ ਮਿਲ ਜਾਂਦੀ ਬੱਚੇ ਤੋਂ ਲੈ ਕੇ ਸਿਆਣਾ ਤੱਕ ਹਰ ਤਰ੍ਹਾਂ ਸਭ ਕੋ ਵਰਾਇਟੀ ਹੈਗੀ ਆ ਪੂਰਾ ਫੈਮਿਲੀ ਕੰਪਲੀਟ ਸ਼ੋਰੂਮ ਹੈਗਾ ਇੱਕ ਛੱਤ ਵਾਲੇ ਤੁਹਾਨੂੰ ਸਾਰੇ ਤਰ੍ਹਾਂ ਵਰਾਇਟੀ ਮਿਲਣੀ ਤੁਹਾਡਾ ਫਾਇਦਾ ਹੋਣਾ ਆ ਆਪਾਂ ਲਾਈਵ ਹੋਈਦਾ ਆ ਯੂਟਿਊਬ ਚੈਨਲ ਸਾਡਾ ਵੱਡਾ ਡਿਪੂ ਬੰਗਾ ਤੁਸੀਂ ਸਬਸਕ੍ਰਾਈਬ ਕਰ ਲਓ ਫੇਸਬੁੱਕ ਚੈਨਲ ਸਾਡਾ ਹੈਗਾ ਆ ਵੱਡਾ ਡਿਪੂ ਬੰਗਾ ਲਾਈਕ ਕਰ ਲਓ ਫੋਲੋ ਕਰ ਲਓ ਤਾਂ ਕਿ ਡੇਲੀ ਸਾਡੇ ਨਾਲ ਜੁੜ ਕੇ ਤੁਸੀਂ ਲਾਈਵ ਵਰਾਇਟੀ ਦੇਖ ਸਕਦੇ ਆ ਜੀ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਆ ਤੁਹਾਨੂੰ ਨਹੀਂ ਸਮਝ ਲੱਗੀ ਤਾਂ ਸਾਡੀ ਸਕਰੀਨ ਤੇ ਨੰਬਰ ਹੈਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਕੈਮਰਾਮੈਨ ਸਰਕਾਰ ਦੇ ਨਾਲ ਹਰਦੀਪ ਸਿੰਘ ਤੱਗੜ ਸਾਂਝ ਟੀਵੀ ਬੰਗਾ